ਸਤਿਕਾਰ ਜੀ ਸਾਰੇ ਵੀਰਾਂ ਨੂੰ ਕਬੂਤਰਬਾਜੀ ਚੱਕੜਾ ਗਰੁੱਪ ਜੋ ਕਿ ਆਪਣੇ ਚੈਨਲ ਦਾ ਨਾਮ ਹੈ ਜੀ ਅੱਜ ਬਠਿੰਡੇ ਜ਼ਿਲ੍ਹੇ ਦੇ ਪਿੰਡ ਜੋ ਕਿ ਰਾਮਾ ਮੰਡੀ ਦੇ ਨਾਲ ਹੈ ਜੀ ਬਾਘਾ ਪਿੰਡ ਉੱਥੋਂ ਦੇ ਬਹੁਤ ਹੀ ਵਧੀਆ ਖਿਡਾਰੀ ਵੀਰ ਕਾਲਾ ਬਾਘਾ ਜੀ ਪਹੁੰਚੇ ਅੱਜ ਉਹਨਾਂ ਦੇ ਘਰ ਆਪਾਂ ਕਿ ਆਓ ਕੁਝ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਬਾਈ ਜੀ ਕਾਲਾ ਬਾਘਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਚੱਕੜਾ ਗਰੁੱਪ ਵਾਲਿਆਂ ਨੂੰ ਧੰਨਵਾਦ ਨਾਲ ਆਏ ਇੱਥੇ ਤੁਹਾਡਾ ਵੀ ਧੰਨਵਾਦ ਜੀ ਲਓ ਜੀ ਅੱਜ ਆਪਾਂ ਸਿੱਧੀ ਗੱਲਬਾਤ ਜਿਹੜਾ ਇਹਨਾਂ ਦਾ ਸ਼ੌਕ ਹੈ ਕਬੂਤਰਬਾਜੀ ਦਾ ਉਹਦੇ ਉੱਤੇ ਗੱਲਬਾਤ ਕਰਦੇ ਹਾਂ ਬਾਈ ਜੀ ਨਾਲ ਅਤੇ ਬਾਈ ਜੀ ਕਿੰਨੀ ਆਪਣੀ ਉਮਰ ਸੀ ਜਦੋਂ ਇਹ ਸ਼ੌਕ ਪੈ ਗਿਆ ਸੀ ਜਾਂ ਆਪਣੇ ਘਰ ਦੇ ਵਿੱਚ ਪਹਿਲਾਂ ਹੀ ਕਿਸੇ ਨੇ ਕਬੂਤਰ ਰੱਖੇ ਸੀ ਨਹੀਂ ਕਿਸੇ ਨੇ ਰੱਖੇ ਸੀ ਅੱਛਾ ਆਪਣੇ ਤਰ੍ਹਾਂ ਦੇ ਮਸੀਂ ਰੱਖੇ ਜੀ ਤੁਹਾਨੂੰ ਸ਼ੌਕ ਕਿਵੇਂ ਪੈ ਗਿਆ ਇਸ ਕਬੂਤਰਬਾਜੀ ਇੱਥੇ ਆਪਣੇ ਗੁਆਂਢੀਆਂ ਦੇ ਮਹਿਰਾਂ ਦੇ ਰੱਖੇ ਹੁੰਦੇ ਸੀ ਜੀ ਉੱਥੇ ਦੇਖੀ ਜਾਂਦੇ ਮਤਲਬ ਪਹਿਲਾਂ ਜਿਹੜੇ ਗੁਆਂਢੀਆਂ ਦੇ ਕਬੂਤਰ ਰੱਖੇ ਸੀ ਉਹਨਾਂ ਦੇ ਤੁਸੀਂ ਘਰੇ ਜਾਂਦੇ ਸੀ ਉਦੋਂ ਬਾਜ਼ੀਆਂ ਉਹ ਛੱਡਦੇ ਹੁੰਦੇ ਸੀ ਜਾਂ ਵੈਸੇ ਘਰੇ ਕਬੂਤਰ ਕੋਈ ਕੋਈ ਬਾਜ਼ੀ ਛੱਡਦੇ ਸੀ ਕੋਈ ਕੋਈ ਬਾਜ਼ੀ ਛੱਡਦਾ ਸੀ ਅਤੇ ਤੁਸੀਂ ਆਪਦੇ ਘਰੇ ਕਦੋਂ ਕਬੂਤਰ ਰੱਖ ਲਏ ਫਿਰ ਕਿੰਨੀ ਉਮਰ ਸੀ ਉਦੋਂ ਉਦੋਂ 17 ਸਾਲਾਂ ਦੀ 17 ਸਾਲ ਉਦੋਂ ਫਿਰ ਮਹਿਰਿਆਂ ਤੋਂ ਹੀ ਲੈ ਕੇ ਆਏ ਸੀ ਕਬੂਤਰ ਜਾਂ ਕਿਤੋਂ ਹੋਰ ਲੈ ਕੇ ਨਹੀਂ ਇੱਕ ਤਾਂ ਬਾਹਰੋਂ ਆ ਗਿਆ ਸੀਗਾ ਉਹ ਪੜਿਆ ਸੀਗਾ ਇੱਕ ਰਾਮਾ ਮੰਡੀ ਤੋਂ ਲਿਆਉਂਦਾ ਸੀਗਾ ਇੱਕ ਰਾਮਾ ਅਤੇ ਫਿਰ ਘਰ ਦੇ ਵਿੱਚ ਵੈਸੇ ਹੀ ਇੱਕ ਵਾਰੀ ਰੱਖੇ ਸੀ ਕਬੂਤਰ ਹਾਂ ਜਿਹੜਾ ਬਾਜ਼ੀਆਂ ਦਾ ਸ਼ੌਕ ਆਪਾਂ ਨੂੰ ਪੈ ਗਿਆ ਬਾਜ਼ੀਆਂ ਜਿਹੜੀਆਂ ਆਪਾਂ ਛੱਡਣ ਲੱਗ ਗਏ ਸੀ ਉਹ ਸ਼ੌਕ ਕਿੱਥੋਂ ਪਿਆ ਕਿਹੜੇ ਨਸਲ ਦੇ ਆਪਣੇ ਕੋਲ ਕਬੂਤਰ ਆਏ ਉਹ ਇਹ ਰਾਜਾ ਨੇ ਕਰੀ ਦੁਕਾਨ ਸਿੰਘ ਜੀ ਉੱਥੇ ਉਹ ਰਾਜਾ ਆਉਂਦਾ ਹੁੰਦਾ ਸੀਗਾ ਬਿਨੀ ਵਾਲਾ ਜੀ ਉਹ ਇਹ ਨਾ ਜਾਣ ਪਛਾਣ ਹੋ ਗਈ ਜੀ ਉੱਥੇ ਅਸੀਂ ਵਗ ਜਾਂਦੇ ਉਹਦੇ ਕਬੂਤਰ ਜਾ ਕੇ ਬਾਈਕ ਤੇ ਛੱਡਦੇ ਨੇ ਫੜ ਕੇ ਜਿੱਤ ਜਾਂਦਾ ਫਿਰ ਵੀ ਹਰ ਜਾਂਦਾ ਫਿਰ ਵੀ ਉੱਥੇ ਲੈ ਕੇ ਪਾਉਂਦੇ ਉਹ 6-7 ਸਾਲਾਂ ਹੀ ਚੱਲਿਆ ਕਰੋ ਕਿਹੜੇ ਮਤਲਬ ਇਹ ਸੰਨ ਦੀ ਗੱਲ ਹੈ ਜਿਹੜੀ ਤੁਸੀਂ ਸੁਣਾ ਰਹੇ ਹੋ ਇਹ ਹੋਊਗੀ 95-96 ਤੁਸੀਂ ਉਹਦੇ ਕੋਲੇ ਜਾਣ ਲੱਗ ਗਏ ਅਤੇ ਉਦੋਂ ਕੋਈ ਆਪਾਂ ਘਰੋਂ ਵੀ ਬਾਜ਼ੀ ਛੱਡੀ ਸੀ ਜਾਂ ਉਹਦੇ ਕੋਲੇ ਜਾ ਕੇ ਸ਼ੌਪ ਨਾ ਉਹਦੇ ਕੋਲੇ ਜਾ ਕੇ ਹੋ ਗਏ ਉਹਦੇ ਕੋਲੇ ਸ਼ੌਪ ਪੂਰਾ ਕਰ ਉਦੋਂ ਬਾਅਦ 20 ਸਾਲ ਤੋਂ ਡਾਏ ਜੀ ਮੁੜ ਕੇ 6-7 ਸਾਲ ਡਾਏ ਅਸੀਂ ਸਾਡਾ ਮੁੱਢ ਹੁੰਦਾ ਸੀਗਾ ਉਹਦਾ ਕਬੂਤਰ ਹੁੰਦਾ ਹੀ ਆ ਜਿੱਤ ਜਾਂਦਾ ਅਸੀਂ ਉਹਨੂੰ ਪੈਸੇ ਫੜਾ ਦੇਣੇ ਜੀ ਸਾਨੂੰ ਕੋਈ ਮੁੱਢ ਮੋੜਦੇ 100-200 ਵੱਧ ਦੇ ਦੇਣਾ ਸੀ ਅਸੀਂ ਇੰਨੇ ਖੁਸ਼ ਹੋ ਜਾਂਦੇ ਸੀ ਕਿ ਜੇ ਆਪਣਾ ਕਬੂਤਰ ਜਿੱਤਿਆ ਕਬੂਤਰ ਉਹਨਾਂ ਟਾਈਮਾਂ ਦੇ ਵਿੱਚ ਕਿੰਨੀਆਂ ਕੁ ਬਾਜ਼ੀਆਂ ਬਾਈ ਜਿਹੜਾ ਰਾਜਨ ਛੱਡ ਦਿੰਦਾ ਸੀ ਉਹ 10-15 ਬਾਜ਼ੀਆਂ ਇਹਦਾ ਛੱਡਦਾ ਸੀ 10-15 ਬਾਜ਼ੀਆਂ ਪਰ ਟੋਟਲ ਬਾਜ਼ੀਆਂ ਦਾ ਜਿਹੜਾ ਮੁੱਢ ਹੈ ਤੁਸੀਂ ਭਰਦੇ ਸੀ ਹਾਂ ਸਾਰੀਆਂ ਹਾਂ ਅਤੇ ਜਿਹੜਾ ਜਿੱਤੋਂ ਆ ਤੁਹਾਨੂੰ ਸਿਰਫ 200 ਰੁਪਈਆ ਅਤੇ ਖੁਸ਼ ਹੋ ਜਾਂਦੇ ਸੀ ਉਸ ਤੋਂ ਬਾਅਦ ਫਿਰ ਤੁਸੀਂ ਕਬੂਤਰ ਉਹਦੇ ਤੋਂ ਕਦੋਂ ਘਰੇ ਲਿਆ ਕੇ ਰੱਖੇ ਜਾਂ ਉਹਨੂੰ ਜਿਹੜਾ ਤੁਸੀਂ ਗੱਲ ਗੁਰੂ ਦੀ ਦੱਸੀ ਸੀ ਗੁਰੂ ਕਿਹੜੇ ਸਨ ਧਾਰਿਆ ਤੁਸੀਂ ਉਦੋਂ 6-7 ਸਾਲਾਂ ਬਾਅਦ ਆਪਾਂ 2000 ਚ ਉਹ ਕਰਿਆ ਅਸੀਂ ਬੇਗੇ ਬਾਜੀ ਸੀਗੀ ਜੀ ਅਤੇ ਬੇਗੇ ਇੱਕ ਦਿਨ ਪਹਿਲਾਂ ਉੱਥੇ ਹੋਰ ਕਿਤੇ ਬਾਜੀ ਸੀ ਅਸੀਂ ਉੱਥੇ ਰਾਤ ਘੱਟ ਰਹੇ ਪਏ ਉਹਦੇ ਕੋਲੇ ਅਤੇ ਬੇਗੇ ਨਾਲ ਕਬੂਤਰ ਖਰਾਤਾ ਜੀ ਅਤੇ ਕਬੂਤਰ ਖਰਾਤਾ ਅਤੇ ਮਹਾਂ ਵੀ ਹੁਣ ਇੱਕ ਮੁੜਕੇ ਨਹੀਂ ਆਉਂਦਾ ਤੇਰੇ ਕੋਲ 7 ਸਾਲ ਹੋ 6 ਸਾਲ ਸਾਨੂੰ ਆਉਂਦੇ ਨੂੰ ਵੀ ਤੂੰ ਹੁਣ ਇੰਨਾ ਚਿਰ ਨੇ ਸਾਨੂੰ ਦੱਸਿਆ ਹੋ ਕੇ ਦੱਸੀ ਨਾਲੇ ਕਬੂਤਰ ਬਾਹਲਾ ਚੰਗਾ ਸੀ ਘਰੇ ਉੱਡਦਾ ਸੀਗਾ ਦਿਨ ਤੋਂ ਦਿਨ ਹੀ ਲਾਉਂਦਾ ਸੀਗਾ ਉਹਦੇ ਕੋਲੇ ਵੀ ਇਹਦੇ ਘਰੇ ਇਹੋ ਜਿਹਾ ਕਬੂਤਰ ਹਰ ਗਿਆ ਫਿਰ ਤਾਂ ਆਪਾਂ ਕਦੇ ਵੀ ਨਹੀਂ ਜਿੱਤ ਸਕਦੇ ਜੀ ਮੁੜਕੇ ਮੈਨੂੰ ਕਹਿੰਦਾ ਕਿ ਬੋਤਲ ਮੰਗਾ ਮੈਂ ਇਹਨੂੰ ਬੋਤਲ ਲਿਆ ਚਾਹ ਕਾ ਸੂਏ ਦੇ ਨਹਾਉਣ ਜਾਂਦੇ ਹਾਂ ਅਤੇ ਅਸੀਂ ਸੂਏ ਦੇ ਨਹਾਉਣ ਵੱਗ ਗਏ ਇੱਧਰ ਚਿਹਰਾ ਵੀ ਕਿੰਨੀ ਕੱਸੀ ਹੈ ਨਾ ਉੱਥੇ ਜਾ ਕੇ ਜਦੋਂ ਦੁੱਖ ਪੈਗ ਜੇ ਲਾ ਲਏ ਅਤੇ ਮੈਨੂੰ ਕਿਹਾ ਕਿ ਮੈਂ ਅੱਜ ਹੋਇਆ ਬੈਠਾ ਵਾ ਹੁਣ ਯਾਰ ਭੈੜੀ ਬਹੁਤ ਕਰੀ ਤੂੰ ਕਹਿੰਦਾ ਫਿਰ ਪਾਣੀ ਚੂਣੀ ਭਰ ਕੇ ਲੈ ਕੇ ਆਇਆ ਤੂੰ ਹੁਣ ਤੱਕ ਲੁਕਾਉਂਦਾ ਗਾ
ਚੱਲ ਕਰ ਗਾਮੀ ਵਾਲੇ ਕੱਲ੍ਹ ਨੂੰ ਬਾਜੀ ਚੱਲਦੇ ਘਰੇ ਤੇ ਸਾਂਭ। ਫਿਰ ਗਾਮੀ ਵਾਲੇ ਆਪ ਸਾਡੇ ਕੋਲੇ ਬਾਹ ਕੇ ਸੰਭਾਇਆ ਉੱਥੇ ਜਿੱਤੇ। ਉਹ ਜਿਹੜਾ ਕਬੂਤਰ ਆ ਤੁਹਾਡੇ ਸਾਹਮਣੇ ਸਾਂਭਿਆ, ਹਾਂ ਜੋ ਵੀ ਚੀਜ਼ਾਂ ਪਾਣੀ ਦੀਆਂ ਬਣਦੀਆਂ ਸਾਰਾ ਤੁਹਾਡੇ ਸਾਹਮਣੇ ਆਪ ਸਾਂਭਿਆ ਤੁਸੀਂ। ਹਾਂ ਉੱਥੇ ਫਿਰ ਕਿੰਨੇ ਕਬੂਤਰ ਛੁੱਟੇ ਸੀ ਗਾਮੀ ਵਾਲੇ? ਉੱਥੇ 32 ਦੇ 30 ਕਬੂਤਰ ਹੋਣਗੇ। ਸਾਂਝੀ ਹੋਈ ਜਾਂ ਇਕੱਲਿਆਂ ਦਾ ਰਹਿ ਗਿਆ? ਸਾਂਝੀ ਹੋਈ ਸੀ। ਸਾਂਝੀ ਹੋ ਗਈ। ਬਾਈ ਵੀ ਗਿਆ ਸੀ ਉਸ ਬਾਜੀ 'ਚ? ਨਹੀਂ ਗਏ ਸੀ, ਅਸੀਂ ਜਾਂਦੇ ਸੀ ਤੋਂ ਜਾਂਦੇ ਹੀ ਨਹੀਂ ਸੀ, ਬਾਜੀ ਨਹੀਂ ਜਾਂਦੇ। ਉਸ ਤੋਂ ਬਾਅਦ ਫਿਰ ਉਹਨਾਂ ਤੋਂ ਕਬੂਤਰ ਲੈ ਕੇ ਫਿਰ ਤਾਂ ਸਾਨੂੰ ਕਹਿੰਦੇ ਲੈ ਜਾਓ ਉੱਥੇ 1000 ਬੱਚੇ। ਤੁਸੀਂ ਫਿਰ ਘਰੇ ਲਿਆ ਕੇ ਕਬੂਤਰ ਰੱਖ ਲਏ। ਘਰੋਂ ਪਹਿਲੀ ਬਾਜੀ ਕਿੱਥੇ ਛੱਡੀ? ਮਿਠੜੀ ਛੱਡੀ ਸੀ। ਕਿੱਥੇ? ਕਿੱਥੇ ਮਿਠੜੀ? ਕੀ ਰਿਜ਼ਲਟ ਲਿਆ ਉਹਦਾ? ਮੈਂ ਤੇ ਚੇਂ ਚਲੀ ਨੇ ਬਹਿਣੀ ਵਾਲੀ ਸਾਂਝੀ ਕਰੀ ਸੀਗੀ। ਦੂਜੀ ਬਾਜੀ ਫਿਰ ਛੱਡਦੀ ਦਾਦੂ, ਉੱਥੇ ਵੀ ਜਿੱਤ ਗਈ ਸੀਗੀ। ਤੀਜੀ ਬਾਜੀ ਆਪਣੇ ਪਿੰਡ 'ਤੇ ਬਾਜੀ ਸੀਗੀ ਅਤੇ ਅਵਲ ਖਾਣੇ ਛੱਡੀ ਗਈ। ਇੱਥੇ ਆਪਾਂ 12 ਹਾੜ ਦੀ ਸੀਗੀ ਬਾਜੀ, 13 ਹਾੜ ਦੀ ਸੀਗੀ ਅਵਲ ਖਾਣੇ। ਉਹ ਬੁੱਪ ਕਹਿੰਦਾ ਯਾਰ ਮੈਂ ਸਾਂਭੂ, ਕਹਿੰਦਾ ਮੈਂ ਬਾਈ ਤੂੰ ਸਾਂਭ ਲਾ। ਉਹਨਾਂ ਨੇ ਵੀ ਜਵਾਬਾਂ ਨੇ ਜਿੱਤ ਗਏ ਵੀ ਬੜੇ ਚੰਗੀ ਪੂਤਰੀ ਹੈ। ਉੱਥੇ ਲਿਜਾ ਕੇ ਛੱਡਤੀ ਉਹਨਾਂ ਨੇ ਸਾਂਭ ਕੇ, ਅਤੇ ਠੰਡ ਜਿਹੀ ਹੁੰਦਿਆਂ 'ਚ ਠੰਡਾ ਹੋ ਗਿਆ ਅਤੇ ਪੂਤਰੀ ਹਰ ਗਈ। ਇਹਨੂੰ ਮੈਂ ਕਿਹਾ ਚੰਗੇ ਹੋ ਗਏ, ਹਰ ਗਈ ਪੂਤਰੀ। ਮਹਾਂ ਵੀ ਆਪਣੀ ਕਬੂਤਰੀ ਛੱਡੀ 500 'ਚ, ਮੋਟਾ ਪਣਵਾ ਹੋ ਗਿਆ ਆਪਣੂੰ 7-7.5-7.75 ਤੋਂ ਜਿਹੜਾ ਆਵੇ ਉੱਥੇ ਵੀ 2 ਵਜੇ ਜਿੱਤੀ ਹੈ। ਹਰੇਕ 50 ਰੁਪਏ ਦੇ ਕੇ ਸਾਨੂੰ ਗੱਲਾਂ ਸੁਣਿਆ ਕਰੇ ਵੀ ਕਿੰਨੇ ਪੈਸੇ ਲੈ ਕਿੰਨੇ ਨਹੀਂ। ਹਰੇਕ ਤੱਕ ਨਾਮ ਸੁੱਟ ਕੇ ਵੱਜ ਗਿਆ ਸਾਡੇ ਕੋਲ, ਨਾ ਤਾਂ ਹੁਣ ਕੀ ਬੋਲ ਲੱਗੇ ਸੀ। ਮਹਾਂ ਜੀ ਆਪਣੀ ਕਬੂਤਰੀ ਜਿੱਤੇ ਤਾਂ ਆਪਣੇ ਕੁੱਟ ਪੈਂਦੇ ਆ, ਪੈਸੇ ਗਿਰ ਵੀ ਹੁੰਦੇ। ਇੱਕ ਬੁੱਪ ਦਾ ਨਾਂ ਤੁਸੀਂ ਜ਼ਿਕਰ ਕੀਤਾ ਵਿੱਚ, ਮੇਰੇ ਥੋੜ੍ਹੀ ਜਿਹੀ ਗੱਲ ਯਾਦ ਆਈ ਆ। ਅਸੀਂ ਇੰਟਰਵਿਊ ਕੀਤੀ ਸੀ ਸਰਦੂਲ ਸੂਲੇ ਬਾਈ ਦੀ, ਉਹਨੇ ਵੀ ਇੱਕ ਜ਼ਿਕਰ ਕੀਤਾ ਸੀ ਕਿ ਮੈਥੋਂ ਜਿਹੜੀਆਂ ਮਧੂ ਬਾਈ ਰਾਜਨ ਲੈ ਗਿਆ ਸੀ ਮਧੂ, ਤੇ ਕਹਿੰਦੇ ਵੀ ਮੇਰੇ ਕਬੂਤਰਾਂ ਤੋਂ ਮਸ਼ਹੂਰ ਹੋਏ ਸੀ ਬਾਈ ਜਿਹੜੇ ਰਾਜਨ ਦੇ ਕਬੂਤਰ। ਉਹਨਾਂ ਨੇ ਕੀ ਸੱਚਾਈ ਆ ਉਸ ਗੱਲ? ਨਹੀਂ ਉੱਥੋਂ ਲੈ ਕੇ ਆਉਂਦੇ ਜਿਹੜੇ ਸਾਰੇ ਚੰਗੇ ਉੱਡੇ ਸੀਗੇ ਜੀ। ਉਦੋਂ ਬਾਅਦ ਇੱਕ ਤੇਲੂ ਦੀ ਕਬੂਤਰੀ ਬਾਲੀ ਸੀਗੀ ਹੱਲ ਕੇ ਬ੍ਰਹਿਮਣ ਤੋਂ, ਸਿੰਘੋ ਗਈ ਸੀਗੀ, ਸਿੰਘੋ ਤੋਂ ਲੈ ਗਿਆ ਸੀਗਾ। ਮੁੜ ਤੋਂ ਉਹਨਾਂ ਨੇ ਮੈਸ਼ ਪਾ ਲਈ, ਫਿਰ ਇੱਕ ਭੁੱਚੋ ਤੋਂ ਲਿਆਂਦਾ ਕਬੂਤਰਾ ਸੀ ਸੁਖੇ ਤੋਂ, ਉਹਨਾਂ ਨਾਲ ਫਿਰ ਬਾਹਰ ਚੰਗਾ ਰਿਜ਼ਲਟ ਹੋ ਗਿਆ ਸੀਗਾ। ਉਹ ਕਬੂਤਰ ਜਿਹੜੇ ਉੱਥੋਂ ਲਿਆਂਦੇ ਸੀਗੇ ਉਹ ਵੀ ਉੱਡੇ ਸੀਗੇ। ਜਿਹੜੇ ਮਧੂ ਸੀ ਸੂਲੇ ਵਾਲੇ ਉਹ ਵਧੀਆ ਉੱਡੇ, ਜਾਂ ਜਿਹੜੀ ਤੇਲੂ ਦੀ ਕਬੂਤਰੀ ਵਾਲੇ ਚੰਗੇ ਹੋ ਗਏ ਸੀ? ਤੈਨੂੰ ਕਿਹਾ ਹੁੰਦਾ ਵੀ ਗੱਲ ਕਾਫੀ ਗਰੁੱਪਾਂ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲੀ ਸੀ ਵੀ ਜਿਹੜੀ ਤੇਲੂ ਕੀ ਕਬੂਤਰੀ ਹੈ, ਤੇ ਜਿਹੜਾ ਇੱਕ ਦੱਸ ਰਹੇ ਆ ਕਿ ਬਾਈ ਆਪਣੇ ਜਿਹੜਾ ਕੀ ਨਾਮ ਆ ਉਹਨਾਂ ਦੇ ਬਾਬਾ ਧੰਨਾ ਮਹਿਰਾਜ ਦੇ ਬੇਟੇ ਦੁਨੀ, ਉਹ ਕਹਿੰਦੇ ਵੀ ਸਾਡਾ ਕਬੂਤਰ ਬਾਜੀ 'ਚ ਰਹਿ ਗਿਆ ਸੀ ਉਹਨਾਂ ਨਾਲ ਮਿਸ ਪਾ ਕੇ ਬੱਚੇ ਖਿਡਾਏ। ਨਹੀਂ ਗੱਲ 'ਚ ਕੀ ਸੱਚਾਈ ਆ? ਜਿਹੜੇ ਸੁਖੇ ਵਾਲਾ ਕਬੂਤਰ ਸੀਗਾ ਭੁੱਚੂ ਵਾਲੇ ਦਾ ਉਹਦੇ ਨਾਲ ਚੰਗੇ ਉੱਡੇ, ਜਿਹੜੇ ਇਹ ਸੀਗੇ 5000 ਦਾ ਵੇਚਦੇ ਗਾਮੀ ਵਾਲਿਆਂ ਨੂੰ ਪੁੱਤਰ ਜੀ ਦੁਨੀਆਂ ਵਾਲਾ ਜੀ, ਉਹਦੇ ਪੁੱਤਰ ਤਾਂ ਖੜੇ ਨੇ ਥੱਲੇ ਕੇ ਜ਼ੋਰ ਨਹੀਂ ਲਾਉਂਦੇ ਸੀਗੇ ਜੀ, ਉੱਡਦੇ ਉਹ ਸੀਗੇ ਚੰਗੇ ਉੱਡਦੇ ਸੀਗੇ ਜੀ, ਆਪਣੇ ਕੋਲ ਬੈਠੀ ਹੈਗੀ ਉਹਨਾਂ 'ਚ ਜੀ। ਪਰ ਵੀ ਪਰ ਇਹਦੇ ਨਾਲ ਬੜਾ ਚੰਗਾ ਰਿਜ਼ਲਟ ਸੀਗਾ ਤੇਲੂ ਕਾ ਅਤੇ ਸੁੱਖੇ ਵਾਲਾ, ਤੇਲੂ ਕਾ ਅਤੇ ਸੁੱਖੇ। ਹਾਂ ਤਾਂ ਉਹ ਪੁੱਤਰ ਫਿਰ ਵੇਚਦਾ ਸੀਗਾ ਇਹਨੇ ਜੀ, ਜਿਹਦੇ ਚੰਗੇ ਉੱਡਣ ਲੱਗ ਗਏ ਉਹਨੇ ਵੇਚਦਾ। ਅਤੇ ਮੈਂ ਜਾ ਕੇ ਗਿਆ ਵਾਂ ਆਪਾਂ ਜਿਹੜਾ ਪੁੱਤਰ ਆਪਣਾ ਉਹ ਕਹਿੰਦਾ ਯਾਰ ਗਾਮੀ ਵਾਲਾ ਲੈ ਗਿਆ ਵੀ 5000 ਰੁਪਏ ਦੇ ਗਿਆ ਅਤੇ 2 ਅੰਡੇ ਧਰਾ ਕੇ 4 ਤੇ ਆਪਾਂ ਨੂੰ ਮੋੜ ਦਿਓ, 5000 ਰੁਪਏ ਮੋੜ ਦੇਣ। ਚੱਲ ਮੈਂ ਠੀਕ ਹੈ, ਮੈਂ ਫੇਰ ਗਿਆ 1-2 ਮਹੀਨੇ ਬਾਅਦ, ਮੈਂ ਕਬੂਤਰ ਮੁੜਾ ਲਿਆ ਕੇ ਉਹ ਗੱਲ ਹੀ ਨਹੀਂ ਸੁਣੀ ਮੇਰੀ। ਮੈਂ ਮੁੜ ਕੇ ਤਾਰੀ ਕੋਲ ਬਾ ਕੇ ਤਾਰੀ ਨੂੰ ਮਿਲ ਕੇ ਲਿਆ ਮੇਰੀ ਤਾਰੀ ਨੂੰ, ਮੈਂ ਕਿਹਾ ਵਿਆਹ ਗੱਲ ਆ ਗਈ, ਮੈਨੂੰ ਕਹਿੰਦਾ ਵੇਚਿਆ, ਕਹਿੰਦਾ ਮੈਂ ਵੀ ਵਿਖਾਇਆ ਗਿਆ। ਮੈਂ ਮੈਨੂੰ ਦੱਸਦਾ 5000 ਰੁਪਏ ਚਾਹੀਦਾ ਸੀਗਾ, ਆਪਾਂ ਕਬੂਤਰ ਤਾਂ ਨਹੀਂ ਵੇਚਣਾ ਸੀਗਾ। ਇੱਕ 5000 ਰੁਪਏ ਦਾ ਵਿੱਚੋਂ ਬਲਵੀਰ ਗੋਸਲ ਨੇ ਵੀ ਜ਼ਿਕਰ ਕੀਤਾ ਸੀ ਵੀ 5000 ਦਾ ਮੈਂ ਵੀ ਇੱਕ ਕਬੂਤਰ ਇਹ ਵੀ ਲੈ ਕੇ ਗਏ ਤੁਸੀਂ ਉਦੋਂ ਉੱਥੇ? ਹਾਂ ਉਦੋਂ ਉੱਥੇ ਹੁੰਦੇ ਨਾਲ ਹੁੰਦੇ ਸੀਗੇ। ਸੁਣਨ ਦੇ ਵਿੱਚ ਆਇਆ ਕਿ ਜਿਹੜੇ ਸ਼ਾਹ ਅੱਖੇ ਰਾਜਨ ਕੋਲ ਹੈ ਨਹੀਂ ਸੀ ਉਹਨਾਂ ਨੇ ਇੱਕ ਸ਼ਾਹ ਅੱਖਾ ਕਬੂਤਰ ਬੋਲ ਲਿਆ, ਉਹ ਆਪਣੇ ਤੋਂ ਘਰੋਂ ਗਿਆ ਸੀ, ਉਹ ਇੱਥੋਂ ਗਿਆ ਹੋਇਆ ਸੀ ਕਬੂਤਰ, ਉਹ ਵੇਕੇ ਛੱਡਿਆ ਸੀਗੇ। ਅੱਛਾ, ਇੱਥੋਂ ਬੱਚਾ ਦੇ ਦਿਆ ਉਹਨੂੰ, ਉਹ ਘਰੇ ਛਾਤਰੀ 'ਤੇ ਨਹੀਂ ਬਹਿੰਦੇ, ਉੱਥੇ ਬਨੇਰੇ 'ਤੇ ਬਹਿੰਦਾ ਹੁੰਦਾ ਸੀਗਾ। ਅਤੇ ਕਬੂਤਰ ਇੱਥੋਂ ਬਾਹਰੋਂ ਇੱਕ ਕਬੂਤਰੀ ਫੜੀ ਸੀਗੀ ਪਿੰਡ 'ਚ ਕਿਸੇ ਨੇ, ਉਹਨਾਂ ਦੀ ਪੱਠੀ ਸੀਗੀ ਅਤੇ ਕਬੂਤਰ ਕਿਹੜਾ ਸੀਗਾ ਉੱਥੇ? ਸਾਂਝੀ ਕਰ ਲਈ, ਬਹੁਤ ਚੰਗਾ ਉੱਡਿਆ ਮੁੜ ਕੇ, ਉਹਨੂੰ ਪਿਆਰ ਹੀ ਕਬੂਤਰ ਨਾਲ ਤਾਂ ਇਹ ਆਏ। ਜਿਹੜੇ ਤੁਹਾਡੇ ਸ਼ਾਹ ਅੱਖੇ ਕਬੂਤਰ ਸੀਗੇ ਤੁਹਾਡੇ ਇੱਥੋਂ, ਉਹ ਤੁਸੀਂ ਦੇ ਕੇ ਆਉਂਦਾ ਆਪਦੇ ਉਸਤਾਦ ਨੂੰ ਕਬੂਤਰ, ਉਹ ਕਿੱਥੋਂ ਆਏ ਸੀ ਕਬੂਤਰ? ਉਹ ਜਗ੍ਹਾ ਵਾਲੇ ਤੋਂ ਕਬੂਤਰ ਆਇਆ ਸੀਗਾ, ਕਬੂਤਰੀ ਇੱਥੋਂ ਬਾਹਰੋਂ ਫੜੀ, ਉਹਦਾ ਬੱਚਾ ਸੀਗਾ, ਉਹਦਾ ਬੱਚਾ ਸੀ।
ਤੇ ਤੁਸੀਂ ਜਦੋਂ ਪ੍ਰੋਪਰ ਇੱਥੇ ਉਹਨਾਂ ਤੋਂ ਬਾਈ ਰਾਜਨ ਤੋਂ ਨਸਲਾਂ ਲੈ ਕੇ ਆਉਂਦੀਆਂ ਸੀ, ਕਿਹੜੀਆਂ ਕਿਹੜੀਆਂ ਇੱਥੇ ਜਦੋਂ ਘਰੇ ਨਸਲਾਂ ਲੈ ਕੇ ਆਉਂਦੀਆਂ ਸੀ? 5000 ਦਾ ਪੱਠਾ ਵੀ ਸੀਗਾ ਤੇ ਖੱਟੀਆਂ ਵਾਲੇ ਵੀ ਸੀਗੇ, ਆਹੀ ਉਹਨਾਂ ਕੋਲ ਦੋ ਹੀ ਜੋੜਾ ਹੋ ਸੀਗੀ ਨਸਲ, ਮਚਾਕੀ ਆਪ ਨੇ ਛੱਡਿਆ ਸੀ, ਪੁੱਤਰ ਲਿਆ ਕੇ ਸਾਨੂੰ ਉਹ ਦੇਤਾ ਸੀਗਾ, ਇੱਕ ਮਚਾਕੀ ਛੱਡਿਆ ਸੀ ਅਸੀਂ ਕਾਕੇ ਕਿਲੇ ਨਾਲ ਤੇ ਉਹਨਾਂ ਨਾਲ ਬੱਲੋਂਗੜਾ ਨਾਲ ਪੁੱਤਰ ਆਪਣਾ ਵੱਧ ਉੱਡਿਆ ਸੀਗਾ ਇੱਥੇ ਇੱਕ ਉਹਦੇ ਤੇ। ਇੱਕ ਸੁਣਨ ਦੇ ਵਿੱਚ ਆਇਆ ਕਿ ਮੈਂ ਨਹੀਂ ਜਾਣਦਾ ਬਾਈ ਚੱਠਾ, ਉਹਦਾ ਵੀ ਜ਼ਿਕਰ ਆਇਆ ਕਿ ਬਾਅਦ 'ਚ ਜਦੋਂ ਸੁਣਦੇ ਵੀ ਡੈਥ ਹੋਈ ਸੀ ਉਹਨਾਂ ਦੀ, ਉਦੋਂ ਪੁੱਤਰ ਕੁਛ ਚੱਠਾ ਵੀ ਲੈ ਗਿਆ ਸੀ, ਅਸੀਂ ਉਹਦੇ ਕੋਲ ਜਾਣੋ ਹਟ ਗਏ। ਬਾਅਦ 'ਚ ਉਹ ਦਾਰੂ ਪੀ ਕੇ ਠਿੱਠ ਕਰਦਾ ਸੀਗਾ, ਮੈਂ ਬਾਈ ਤੂੰ ਦਾਰੂ ਛੱਡਦੇ ਆ ਸਾਰੀ ਉਮਰ ਤੇਰੇ ਨਾਲ ਰਹਾਂਗੇ, ਬਾਜੀ ਤੇ ਬਾਜਾਂ ਧੱਕੇ ਨਾਲ ਉੱਥੇ ਫਿਰ ਮੇਰਾ ਡੂਗਾ ਬੇਇੱਜ਼ਤੀ ਕਰਾਈ ਜਾਂਦਾ ਸੀਗਾ, ਮੁੜ ਕੇ ਮਾਰਿਆ ਸੀ ਤੇਰੇ ਕੋਲ ਆਉਂਦੇ, ਫਿਰ ਅਸੀਂ ਜਾਣੋ ਹਟ ਗਏ ਕਿ ਉਹਨੇ ਆਪਦੇ ਘਰਾਂ ਲਈ ਮਾਰਤੇ ਸੀ। ਉਦੋਂ ਰਾਜਨ ਜਿਹੜਾ ਕਿਹਨਾਂ ਦਾ ਚੇਲਾ ਸੀ, ਕਿੱਥੋਂ ਸਿੱਖੇ ਸੀ ਜਿਹੜੇ? ਉਹ ਸਾਨੂੰ ਕਹਿੰਦਾ ਵੀ ਗੁੱਗੜ ਦਾ ਚੇਲਾ, ਫਿਰ ਆਪਾਂ ਨੂੰ ਪਤਾ ਨਹੀਂ ਗੁੱਗੜ ਦਾ। ਹਾਂ ਉਹ ਕਹਿੰਦੇ ਕਿ ਮੈਂ ਪੜ੍ਹ ਕੇ ਸਕੂਲੋਂ ਅਤੇ ਛੁੱਟੀਆਂ ਦੇ ਉੱਥੇ ਵਜਾਂ ਸਾਈਕਲ 'ਤੇ ਬੁੱਢੇ ਖਾਡੇ ਸੁੰਬਰੀ ਨੇ ਉੱਥੇ ਦੇਖੀ ਜਾਂਦੇ ਕੀ ਕਹਿੰਦੇ, ਇੱਕ ਲੱਤ ਤੋਂ ਉਹ ਸਿਨਾਰੀ ਸੀਗਾ ਉਹਨੂੰ ਆਇਆ ਸੀਗਾ ਗੁੱਗੜ ਨੂੰ ਚੱਲ ਕਿਤੇ ਪੈ ਗਈ। ਨਹੀਂ ਗੁੱਗੜ ਦੇ ਬਾਰੇ ਜਿੰਨਾ ਕੁ ਮੈਂ ਸੁਣਿਆ ਕਿ ਬਹੁਤ ਵਧੀਆ ਇਨਸਾਨ ਸੀ ਗੁੱਗੜ, ਅਤੇ ਸ਼ਾਇਦ ਇੱਥੇ ਉਹਨਾਂ ਦਾ ਸਹੁਰਾ ਪਰਿਵਾਰ ਸੀ, ਸ਼ਾਇਦ ਸੋਰੀ ਰਹਿੰਦਾ ਸੀ ਗੁੱਗੜ ਸੀ ਠਾੜ ਪਿੰਡ ਉਹਨਾਂ ਦਾ, ਅਤੇ ਕਹਿੰਦੇ ਵਧੀਆ ਇਨਸਾਨ ਹੋਣਗੇ, ਹੋ ਸਕਦਾ ਵੀ ਸਿੱਖੇ ਹੋਣ ਉਹਨਾਂ ਤੋਂ, ਕੁਛ ਕਹਿ ਨਹੀਂ ਸਕਦੇ ਆਪਾਂ ਨੂੰ, ਬਾਕੀ ਹੋਰ ਕੋਈ ਇੰਟਰਵਿਊ ਆਪਾਂ ਕਰਾਂਗੇ ਉਹਦੇ ਵਿੱਚ ਜ਼ਿਕਰ ਹੋ ਜੂੰਗਾ। ਅਤੇ ਉਸ ਤੋਂ ਇਲਾਵਾ ਹੋਰ ਤੁਸੀਂ ਇੱਕ ਉਹਨਾਂ ਦੇ ਚੇਲੇ ਸੀ, ਹੋਰ ਕੌਣ ਉਹਨਾਂ ਦਾ ਚੇਲਾ ਸੀ? ਵੀ ਸਾਡੇ ਨੇੜੇ ਤਾਂ ਕੁਛ ਹੈ ਨਹੀਂ ਗਾ, ਉਵੇਂ ਤਾਂ ਕੀ ਕਹਿਣਾਗਾ ਸਾਡੇ ਜੋਰ ਨੂੰ। ਤੁਸੀਂ ਇੱਕ ਬਾਈ ਇਹ ਰਾਜਨ, ਹਾਂ ਹਾਂ, ਖੁਦ ਇਹ ਵੀ ਚੇਲੇ, ਇਹਨਾਂ ਨਾਲ ਵੀ ਕਰਦੇ ਹਾਂ ਜੀ ਆਪਾਂ ਗੱਲਬਾਤ, ਇਕੱਠੇ ਜਾਂਦੇ ਨੇ ਇੱਥੇ ਜੀ, ਤੁਸੀਂ ਦੋਨੇ ਇਕੱਠਿਆਂ ਨੇ ਜਾਣਾ ਸਟਾਰਟ ਕੀਤਾ, ਇਕੱਠੇ ਕਬੂਤਰ ਰੱਖੇ, ਅੱਜ ਵੀ ਜਿਹੜੇ ਤੁਹਾਡੇ ਕਬੂਤਰ ਆ ਸਾਂਝੇ ਰੱਖੇ ਹੋਏ? ਸਾਂਝੇ ਹੋਏ, ਠੀਕ ਹੈ ਜੀ। ਇਹਨਾਂ ਦਾ ਕਿਹੜਾ ਪਿੰਡ ਹੈ? ਇਹੀ ਆ ਨਾਲ ਘਰੀ ਨਾਲ ਦਾ ਘਰ, ਮਤਲਬ ਤੁਹਾਡਾ ਜਿਹੜਾ ਪ੍ਰੇਮ ਹੈ ਕਿੰਨੇ ਸਾਲਾਂ ਤੋਂ ਬਣਿਆ ਹੋਇਆ ਇਕੱਠਿਆਂ ਦਾ? ਸਾਡਾ ਹੋਊਗਾ 20-25 ਸਾਲਾਂ ਦਾ, 25-25। ਬਹੁਤ ਵਧੀਆ ਜੀ, ਇੰਨੀ ਲੰਮੀ ਦੋਸਤੀ ਅੱਜ ਕੱਲ੍ਹ ਕਬੂਤਰਬਾਜ਼ੀ 'ਚ ਨਹੀਂ ਜਾਂਦੀ, ਹੋਰ ਕੰਮਾਂ 'ਚ ਬਹੁਤ ਜਾ ਵੜਦੀ ਹੈ, ਸੋ ਬਹੁਤ ਵਧੀਆ ਜਿਹੜੀ ਤੁਹਾਡੀ ਲੰਬੀ ਦੋਸਤੀ ਇੰਨੀ ਚੱਲੀ ਆ ਰਹੀ ਹੈ ਜੀ। ਅਤੇ ਤੁਸੀਂ ਵੀ ਕਹਾਂ ਫਿਰ ਚੇਲੇ ਬਣਾਏ ਹੋਣ? ਇੱਕ ਤਾਂ ਬੈਠਾ ਗਾ ਸੁਰਜੀਤ, ਸੁਰਜੀਤ ਸਿੰਘ ਜੀ, ਇੱਕ ਕੁੱਕ ਅੱਜ ਤੋਂ ਜਮਾਲ ਵਾਲੇ ਸੰਦੀਪ ਆ। ਥੋੜ੍ਹੀ ਜਿਹੀ ਆਪਾਂ ਗੱਲਬਾਤ ਸੁਰਜੀਤ ਬਾਈ ਨਾਲ ਕਰਦੇ ਹਾਂ ਜੀ, ਥੋੜ੍ਹਾ ਜਿਹਾ ਗੱਡੀ ਚੇਅਰ ਤੁਸੀਂ ਸਹੀ ਜੀ। ਪਹਿਲਾਂ ਸਾਰੇ ਗਰੁੱਪ ਵਾਲੇ ਜੀ ਰਾਹੂ ਝਗੜਾ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਜੀ। ਕਦੋਂ ਤੁਸੀਂ ਆਪਣੇ ਬਾਈ ਕਾਲੇ ਨੂੰ ਗੁਰੂ ਧਾਰਿਆ ਜੀ? 2004 2004 'ਚ ਜੀ। ਉਸ ਤੋਂ ਪਹਿਲਾਂ ਕਿੱਥੇ ਕਬੂਤਰਬਾਜ਼ੀ ਸਿੱਖੀ ਜਾਂ ਕਿੱਥੇ? ਕਿਸੇ ਕੋਲ ਨਹੀਂ ਸਿੱਖਿਆ ਬਾਈ ਜੀ, ਸ਼ੌਂਕ ਸੀਗਾ ਪਹਿਲਾਂ, ਉਹ ਘਰੇ ਵੈਸੇ ਰੱਖ ਲੈਂਦੇ ਸੀ, ਸਿੱਖਿਆ ਇਹਨਾਂ ਕੋਲ ਬਾਈ ਜੀ ਜੀ। ਇੱਕ ਗੱਲ ਫਿਰ ਦੋਸਤੀ ਦੇ ਵਿੱਚ ਆ ਗਈ ਥੋੜ੍ਹੀ ਜਿਹੀ, ਆਪਾਂ ਚਲੋ ਕਰਦੇ ਹਾਂ। ਤੁਸੀਂ ਬਾਈ ਦੋਨੇ ਬਹੁਤ ਵਧੀਆ ਫਰੈਂਡ ਆ, ਬੜੀ ਲੰਬੀ ਦੋਸਤੀ ਚੱਲੀ ਹੈ, ਜਦੋਂ ਤੁਸੀਂ ਆਪਦਾ ਗਾਂ ਚੇਲਾ ਬਣਾਇਆ, ਤੁਸੀਂ ਦੋਨਾਂ ਨੇ ਰਾਜਨ ਨੂੰ ਗੁਰੂ ਮੰਨਿਆ ਸੀ, ਬਾਈ ਨੇ ਜਦੋਂ ਤੁਹਾਨੂੰ ਗੁਰੂ ਮੰਨਿਆ, ਕਿ ਇਸ ਗੱਲ 'ਚ ਕੋਈ ਖਟਾਸ ਨਹੀਂ ਆਈ ਕਦੇ ਕਿ ਉਹ ਬਾਈ ਨੂੰ ਲੱਗਿਆ ਹੋਵੇ ਮੈਨੂੰ ਗੁਰੂ ਨੂੰ ਮੰਨਿਆ? ਉਹ ਨਹੀਂ, ਕੋਈ ਗੱਲਬਾਤ ਨਹੀਂ ਆਈ, ਸੋ ਇਹ ਵੀ ਬਹੁਤ ਵਧੀਆ ਗੱਲ ਹੈ ਜੀ, ਮਤਲਬ ਕਿ ਇਹ ਜਿਹੜਾ ਪਿਆਰ ਹੈ, ਵੇਖੋ ਤੁਸੀਂ ਵੱਡੇ ਹੋ, ਦੇਖੋ ਜੀ ਵੱਡਿਆਂ ਨੂੰ ਜਿਹੜਾ ਪਿਆਰ ਸਤਿਕਾਰ ਦਿੱਤਾ, ਬਹੁਤ ਵਧੀਆ ਗੱਲ ਹੈ ਬਾਈ ਰਾਜਨ ਵਾਸਤੇ ਵੀ। ਅਤੇ ਜਦੋਂ ਤੁਸੀਂ ਗੁਰੂ ਧਾਰ ਲਿਆ ਜੀ ਕਾਲੇ ਨੂੰ, ਉਸ ਤੋਂ ਬਾਅਦ ਫਿਰ ਮਤਲਬ ਕਿ ਤੁਹਾਡੇ ਕਬੂਤਰਬਾਜ਼ੀ ਹੈ ਜਿਹੜੀ ਨਿਖਾਰ ਆਇਆ, ਪਹਿਲੇ ਚੇਲੇ ਦੂਜਾ ਬਾਈ ਆਸ਼ੂ ਕਿਲਾ ਰਾਏਪੁਰ ਤੋਂ, ਸ਼ਾਇਦ ਬਾਹਰ ਗਏ ਜੀ ਉਹ, ਕੱਲ ਮੈਨੂੰ ਫੋਨ ਵੀ ਆਇਆ ਸੀ ਵੀਰ ਦਾ, ਵੀਰ ਨੂੰ ਮੈਂ ਦੱਸ ਦੇਣਾ ਚਾਹੁੰਦਾ ਜਦੋਂ ਮੂਵੀ ਦੇਖੂਗਾ, ਫੋਨ ਆਇਆ ਸੀ ਵੀ ਬਾਈ ਇੰਟਰਵਿਊ ਮਹੀਨਾ ਲੇਟ ਕਰੋ, ਮੈਂ ਮਤਲਬ ਕਿ ਇੱਥੇ ਹੈ ਨਹੀਂ ਗਾ, ਮੈਨੂੰ ਜਾਣਾ ਬਹੁਤ ਜ਼ਰੂਰੀ ਹੈ। ਅਤੇ ਕਾਲੇ ਦੇ ਉਹਨੇ ਮੈਨੂੰ ਇਹ ਗੱਲ ਵੀ ਕਹੀ ਸੀ, ਬਾਈ ਕਾਲੇ ਦਾ ਮਤਲਬ ਆਪਣਾ ਗੁਰੂ ਹੈ, ਉੱਥੇ ਜਾਣਾ ਵੀ ਮੇਰਾ ਬਹੁਤ ਜ਼ਰੂਰੀ ਹੈ ਜੀ, ਪਰ ਕੋਈ ਮਜਬੂਰੀ ਦੇ ਕਾਰਨ ਬਾਈ ਨੂੰ ਬਾਹਰ ਜਾਣਾ ਪੈ ਗਿਆ, ਸੋ ਅੱਜ ਸਾਡੇ ਵਿੱਚ ਇੱਥੇ ਹੈ ਨਹੀਂ ਗਾ। ਚਲੋ ਫਿਰ ਕਦੇ ਮੁਲਾਕਾਤ ਹੋਈ ਤਾਂ ਜਦੋਂ ਗੱਲਾਂ ਬਾਈ ਤੋਂ ਪੁੱਛਾਂਗੇ ਆਪਾਂ ਬਾਈ ਕਾਲੇ ਬਾਘੇ ਬਾਰੇ। ਸੋ ਦੋ ਹੀ ਚੇਲੇ ਆ ਜੀ ਆਪਣੇ, ਦਿਖਾਵਾਂਗੇ ਜੀ ਬਾਈ ਆਸ਼ੂ ਨੇ ਬਾਈ ਨੂੰ ਬੁਲਟ ਮੋਟਰਸਾਈਕਲ ਦੇ ਨਾਲ ਸਨਮਾਨਿਤ ਵੀ ਕੀਤਾ ਬਾਈ ਨੂੰ, ਤੇ ਬਾਈ ਦੇ ਕੁਛ
ਹੋਰ ਵੀ ਵੀਰ ਆਏ ਹੋਏ ਆ, ਇੱਕ ਵੀਰ ਬਾਈ ਦਾ ਕੁਛ ਗੱਲਾਂ ਬਾਤਾਂ ਉਹਦੇ ਨਾਲ ਵੀ ਆਪਾਂ ਕਰਦੇ ਹਾਂ। ਸੋ ਬਾਈ ਜੀ ਪਹਿਲਾਂ ਤਾਂ ਤੁਹਾਡੀ ਦੋਸਤੀ 'ਤੇ ਗੱਲ ਕਰਦੇ ਕਿ 25 ਸਾਲ ਦੀ ਜਿਹੜੀ ਦੋਸਤੀ ਹੈ, ਪਰਮਾਤਮਾ ਮੈਨੂੰ ਲੱਗਦਾ ਵੀ ਜਦੋਂ ਤੱਕ ਤੁਹਾਡੀ ਜ਼ਿੰਦਗੀ ਰਹੂਗੀ ਇਹ ਵੀ ਬਣਾਈ ਰੱਖੀ, ਇਹ ਪਿਆਰ ਹੈ ਜਿਹੜਾ ਮੁਹੱਬਤ ਹੈ, ਕਿਉਂਕਿ ਅੱਜ ਕੱਲ੍ਹ ਕਬੂਤਰ ਵਾਲੇ ਦੀ ਦੋਸਤੀ ਬਹੁਤ ਘੱਟ ਲੰਬੀ ਚੱਲਦੀ ਹੈ ਜੀ, ਤੁਸੀਂ ਆਮ ਦੇਖਿਆ ਹੋਊਗਾ। ਅਤੇ ਬਹੁਤ ਵਧੀਆ ਲੱਗਿਆ ਸੁਣ ਕੇ ਤੁਹਾਡਾ ਪਿਆਰ। ਬਾਜੀਆਂ 'ਤੇ ਫਿਰ ਦੋਨੇ ਜਾਂਦੇ ਹੋ ਜਾਂ ਘਰੇ ਸਾਂਭਦਾ, ਕਿਹੜਾ ਵੀ ਘਰੇ ਸਾਂਭਦਾ ਤੁਹਾਡੇ ਕੋਲ? ਘਰੇ ਕਈ ਡਾਲ ਲੈਂਦਾ ਗਾ, ਛੋਟਾ ਭਈਆ ਰਹਿ ਜਾਂਦਾ। ਅੱਛਾ, ਰਾਜ ਛੋਟਾ ਭਾਈ ਨਹੀਂ ਹੋਵੇ, ਕੋਈ ਰਹੇ ਜੇ, ਕੋਈ ਘਰ ਸਾਂਭ ਲੈ ਘਰੇ, ਕੋਈ ਚੱਕਰ ਨਹੀਂ। ਨਹੀਂ, ਕਈ ਵਾਰੀ ਹੁੰਦਾ ਨਾ ਵੀ ਕਬੂਤਰ ਦੀ ਜਿਹੜੀ ਸੰਭਾਲ ਆ ਤੁਸੀਂ ਵਧੀਆ ਕਰ ਸਕਦੇ ਹੋ, ਬਾਜੀ 'ਤੇ ਨਿਗਾਹ ਬਾਈ ਕਾਲਾ ਵਧੀਆ ਰੱਖ ਸਕਦਾ ਹੈ। ਨਹੀਂ ਨਹੀਂ, ਕੋਈ ਗੱਲ ਇੱਕੋ ਹੀ ਹੈ, ਚਾਹੇ ਬਾਜੀ 'ਤੇ ਇੱਕੋ ਹੀ, ਬਾਜੀ 'ਤੇ ਨਿਗਾਹ ਇੱਕੋ ਹੀ, ਘਰੇ ਸੰਭਾਲ ਆ। ਜਿਹੜੇ ਤੁਸੀਂ ਰਾਜਨ ਤੋਂ ਕਬੂਤਰ ਲੈ ਕੇ ਆਏ ਸੀ ਉਦੋਂ ਕਿਹੜੀਆਂ ਕਿਹੜੀਆਂ ਨਸਲਾਂ ਸੀ ਆਪਣੇ ਕੋਲੋਂ ਕਬੂਤਰਾਂ ਦੀਆਂ? ਇੱਕ ਤਾਂ 5000 ਵਾਲੇ ਦੇ ਸੀਗੇ ਜੀ, ਤੇ ਇੱਕ ਉਹ ਸੀਗੇ ਸੋਕੇ ਪੱਚੂ ਵਾਲੇ ਦੇ। ਉਹ ਕਬੂਤਰ ਤੁਸੀਂ ਦੱਸਿਆ ਵੀ ਆਪਣੇ ਕੋਲ ਖਤਮ ਹੋ ਗਏ ਸੀ, ਉਹ ਕਿਸ ਤਰ੍ਹਾਂ ਖਤਮ ਹੋ ਗਏ ਸੀ? ਕੋਈ ਬਿਮਾਰੀ ਆ ਗਈ ਸੀ ਜਾਂ ਕੀ ਕਾਰਨ? ਉਹ ਆਪਣੇ 5x4 ਦਿੱਤਾ ਸੀਗਾ ਉਹ ਪੀਰਕੋਟ ਜੀ, ਤੇ ਬੇਗੇ ਇੱਕ ਜਿੱਤੇ ਇੱਥੇ ਲਾਲ ਬਾਈ ਜੀ, ਤੇ ਚੌਥੀ ਬਾਈ ਛੱਡਤਾ ਸੀਗਾ ਜਿਹਦੇ ਕੰਬਾਈਨ ਵਾਲਾ ਮੋਟਰਸਾਈਕਲ ਜਿੱਤਾ ਗਾ ਡੀਲਾ ਜੀ, ਉੱਥੇ ਛੱਡਦੇ ਆਥਣੇ ਆਪਣਾ ਬੈਠਾ ਨਹੀਂ ਗਾ, ਦੂਜੇ ਦਿਨ ਆਪਾਂ ਭਾਰਿਆ ਸੀਗਾ, ਤੇ ਉੱਥੋਂ ਮੁੜ ਕੇ ਮੋਟਰਸਾਈਕਲ ਮੈਂ ਲੈ ਕੇ ਜਾਣਾ ਗਾ, ਮਾਤੂ ਲੈ ਯਾਰ ਲੈ ਗਿਆ, ਮੁੜ ਕੇ ਉਹਦੇ ਪੈ ਗਿਆ ਧੋਣ ਵਾਲੀ ਬਿਮਾਰੀ ਜੀ, ਉਹਨੂੰ ਮੈਂ ਕਬੂਤਰ ਲੈ ਜਾਂਦਾ ਮੈਂ ਚੱਲ ਲੈ ਜਾਂਦੀ ਜੀ, ਮੈਂ ਲਿਆ ਇੱਥੇ ਉਦੋਂ ਸਹੀ ਸੀਗਾ, ਜਦੋਂ ਆ ਗਿਆ ਇੱਥੇ ਉਹ ਸਾਰੇ ਰੋਡ ਚ ਆ ਗਏ ਟੋਟਲ ਕਬੂਤਰ, ਬਿਮਾਰੀ ਚ ਆ ਗਏ ਸਾਰੇ ਮਰ ਗਏ। ਉਸ ਤੋਂ ਬਾਅਦ ਫਿਰ ਤੁਸੀਂ ਕਿਹੜੇ ਨਸਲ ਲੈ ਕੇ ਕਬੂਤਰਾਂ ਦੀ? ਉਸ ਤੋਂ ਬਾਅਦ ਮੈਂ ਤਾਂ ਛੱਡਤੇ ਜਿਹੜੇ ਉੱਧਰ ਸੀਗੇ ਇਹਦੇ ਕੋਲ, ਮੈਂ ਤਾਂ ਖਿਆਲ ਹੀ ਛੱਡਤਾ ਸੀਗਾ ਜੀ, ਮੁੜ ਕੇ ਪੁਰਾਣ ਦੁੱਤੀ ਪਿਛਲੇ ਸਾਲ ਕੋਈ ਬੰਦਾ ਕਹਿੰਦਾ ਯਾਰ ਇਹ ਤਾਂ ਉੱਡਦਾ ਹੀ ਨਹੀਂ ਕਬੂਤਰ, ਮੈਂ ਕੋਈ ਨਹੀਂ, ਮੈਂ ਮੈਨੂੰ ਰਘੂ ਕਹਿੰਦਾ ਮੈਥੋਂ ਲੈ ਦਿਓ ਜੋੜੀਆਂ, ਦੋ ਮੰਡੀ ਕਹਿੰਦਾ ਰਘੂ ਤੋਂ ਲਿਆ, ਮੈਂ ਇੱਕ ਤਾਰੀ ਤੋਂ ਲਿਆ ਵੀ ਨਹੀਂ ਹਾਲੇ ਤੋਂ, ਉਹਨਾਂ ਦੇ ਵਧੀਆ ਉੱਡੇ ਛੱਡੀਆਂ। ਫਿਰ ਬਾਜੀਆਂ ਪਿਛਲੇ ਸਾਲ ਜਿੱਤੇ, ਦੁਬਾਰਾ ਫਿਰ ਰੰਗ ਵਿਖਾਤਾ ਦੋ ਥਾਂ ਤਾਂ, ਇੱਕ ਥਾਂ ਤਾਂ 3 ਘੰਟਾ ਮਿੱਤੀ ਪਾਤੀ ਸੀਗੀ, ਗਦਰਾਣੇ ਛੱਡੀ ਸੀਗੀ, 4 ਵਜੇ ਨਿਬੜ ਗਈ ਸੀਗੀ, 6:30 ਵਜੇ ਫਿਰਦੀ ਸੀ ਜਿੱਦ ਕਿਲਾ ਰਾਜ ਤੋਂ 1 ਦਿਨ ਪਹਿਲਾਂ। ਬਾਕੀ ਉਹਦੇ 18000 ਵਾਲੀ ਬਾਜੀ ਸੀ ਮੁੱਦੇ ਦੀ ਗੱਲ ਹੈ। ਦੇਖੋ ਦੱਸ ਦੇਣਾ ਚਾਹੁੰਦੇ ਆਪਣੇ ਵੀਰਾਂ ਨੂੰ, ਖਿਡਾਰੀ ਵੀਰਾਂ ਨੂੰ, ਕਿ ਬਾਈ ਕਾਲੇ ਦਾ ਦਿਲ ਇੱਕ ਵਾਰੀ ਵੇਖਿਆ ਸੀ ਮੈਂ, ਮੇਰੀ ਵੀ ਐਂਟਰੀ ਵਾਲੀ ਬਾਜੀ ਸੀ ਪਿੰਡ ਮਿੱਡੇ, ਬਾਈ ਦਾ ਕਬੂਤਰ ਲੇਟ ਹੋ ਗਿਆ ਸੀਗਾ ਅਤੇ ਪਾਣੀ ਮੌਕੇ 'ਤੇ ਦੇ ਕੇ ਨੇ, ਜਦੋਂ ਕਬੂਤਰ ਨੂੰ ਉੱਲਾਂ ਦਿੱਤਾ ਤਾਂ ਕਬੂਤਰ ਡਿੱਗ ਪਿਆ ਸੀ। ਉਸ ਤੋਂ ਬਾਅਦ ਅੱਜ ਜਿਵੇਂ ਕਿ ਵੀਰਾਂ ਨੇ ਰੂਲ ਬਣਾ ਤੇ ਹੈ ਕਿ ਜੇ ਦੁਬਾਰਾ ਕਬੂਤਰ ਛੱਡਣਾ ਤਾਂ ਐਂਟਰੀ ਦੁਬਾਰਾ ਭਰੋ ਜੀ, ਉਹ ਵੀਰ ਨੇ ਦੁਬਾਰਾ ਫਿਰ ਐਂਟਰੀ ਭਰੀ ਅਤੇ ਜਦੋਂ ਇੱਕ ਵਾਰੀ ਕਬੂਤਰ ਖਰਾਬ ਹੋ ਜਾਵੇ ਕਬੂਤਰ ਦੂਜੀ ਵਾਰੀ ਵੀ ਡਿੱਗ ਗਿਆ ਵੀਰ ਦਾ, ਅਤੇ ਵੀਰ ਨੇ ਤੀਜੀ ਵਾਰੀ ਐਂਟਰੀ ਭਰ ਕੇ, ਦੇਖੋ ਮੈਨੂੰ ਲੱਗਦਾ ਵੀ ਅੱਜ ਤੱਕ 3 ਐਂਟਰੀਆਂ ਹੋ ਸਕਦਾ ਵੀ ਕਿਤੇ ਭਰੀਆਂ ਹੋਣ, ਪਰ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਵੇਖਿਆ ਸੀ ਕੋਈ ਬੰਦਾ 3 ਵਾਰੀ ਲਗਾਤਾਰ ਐਂਟਰੀ ਭਰ ਕੇ ਕਬੂਤਰ ਉਡਾਵੇ, ਤੀਜੀ ਵਾਰੀ ਜਦੋਂ ਕਬੂਤਰ ਉਡਾਇਆ ਵੀਰ ਦਾ ਉਹ ਉੱਡ ਗਿਆ ਸੀ, ਸੋ ਮੇਰੇ ਹੁਣ ਯਾਦ ਨਹੀਂ ਜਿੱਤਿਆ ਤਾਂ ਸ਼ਾਇਦ ਨਹੀਂ ਸੀ, ਨਿਕਲ ਗਿਆ ਸੀ, ਹੱਲ ਗਿਆ ਸੀ, ਠੀਕ ਹੈ ਜੀ, ਉਦੋਂ ਵੀਰ ਦਾ ਕਬੂਤਰ ਹੱਲ ਗਿਆ ਸੀ ਪਰ ਉੱਡਿਆ ਬਹੁਤ ਸੀ, ਆਲਮਾਲੇ ਨਿਕਲ ਗਿਆ ਸੀ, ਆਲਮਾਲੇ ਵਗ ਗਿਆ, ਆਲਮਾਲੇ ਵਗ ਗਿਆ ਸੀ, ਪਰ ਦਿਲ ਤਾਂ ਵੀਰ ਦਾ ਉਦੋਂ ਤੋਂ ਹੀ ਇੰਨਾ ਵੱਡਾ, ਜਿਹੜੀ ਇਹ ਦਿਲ ਦੀ ਗੱਲ ਤਾਂ ਕਰਦੇ ਹੋ ਕਿ ਜਦੋਂ ਵੀਰ ਕਹਿੰਦਾ ਵੀ ਕਬੂਤਰ ਨਹੀਂ ਉੱਡਿਆ, ਦੁਬਾਰਾ ਫਿਰ ਹੌਸਲਾ ਕਰਕੇ ਕਬੂਤਰ ਰੱਖ ਕੇ ਬਾਜੀਆਂ ਫਿਰ ਐਤਕੀ ਦੇ ਸਾਲ ਦਿੱਤੀਆਂ ਵੀਰ ਨੇ। ਉਹ ਜਿਵੇਂ ਕਹਿੰਦੇ ਆ ਨਾ ਜੀ, ਕਈ ਵਾਰੀ ਕੋਈ ਜਿਵੇਂ ਕਹਿੰਦੇ ਚੀਜ਼ ਦੋਵਾਂ ਦਾ ਪਿਆਰ ਹੈ, ਜਿਵੇਂ ਉਹ ਵੀਰ ਇਕੱਲਾ ਰਹਿ ਗਿਆ ਸੀ, ਹੋ ਸਕਦਾ ਨਾ ਉੱਡਦੇ ਹੋਣ, ਅਤੇ ਦੋਵਾਂ ਦੀ ਜਿਹੜੀ ਮਤਲਬ ਸੋਚ ਹੈ ਕਬੂਤਰ ਨੂੰ ਕਿਵੇਂ ਛੱਡਣਾ ਹੈ ਕਿਵੇਂ ਲਾਉਣਾ, ਉਹ ਜ਼ਿਆਦਾ ਮਿਲਦੀ ਹੋਵੇ ਕਬੂਤਰ, ਇਸ ਕਰਕੇ ਫਿਰ ਦੁਬਾਰਾ ਉੱਡਣ ਲੱਗ ਪਿਆ। ਹੁਣ ਆਪਣੇ ਕੋਲ ਸਿਰਫ 2 ਹੀ ਨਸਲਾਂ ਜੀ, ਅਤੇ ਹੁਣ ਆਪਾਂ ਦਿਖਾਉਂਦੇ ਹਾਂ ਵੀਰ ਦੇ ਕੁਛ ਕਬੂਤਰ, ਅਤੇ ਉਸ ਤੋਂ ਪਹਿਲਾਂ ਕੋਈ ਬਾਜੀ ਆਪਣੀ ਇਹੋ ਜਿਹੀ ਜਿਹੜੀ ਕੋਈ ਮੇਨ ਖਾਸ ਬਾਜੀ ਰਹੀ ਹੋਵੇ ਜਿੱਥੇ ਆਪਾਂ ਨੂੰ ਹੋਵੇ ਵੀ ਅੱਜ ਆਪਣਾ ਕਬੂਤਰ ਜਿੱਤਣਾ ਨਹੀਂ ਸੀ ਜਿੱਤ ਗਿਆ ਹੋਵੇ ਜਾਂ ਕਿਸੇ ਨੇ ਆਪਣੀ ਬਾਜੀ ਨਾ ਵੰਡੀ ਹੋਵੇ, ਕੋਈ ਇਹੋ ਜਿਹੀ ਯਾਦਗਾਰ ਬਾਜੀ? ਤਾਂ ਪਿਛਲੇ ਸਾਲ ਹੀ ਹੋਏ ਥੇ ਮਾਲਾ ਨੇ ਜੀ, ਮਾਂ ਦਾ ਪੁੱਜੀ ਹੈਗਾ ਜਵਾਕ ਜਾਗਾ ਜੀ,
ਉਹਨੇ ਕੋਈ ਉੱਧਰ ਪਾਇਆ ਦਿੱਲੀ ਕੋਈ ਕਹਿੰਦੇ ਛੱਡਦਾ ਗਾ ਠੰਡੇ ਦਿਨ ਛੱਡ ਦਿੰਦੇ ਅਤੇ ਦੋ ਰਹਿ ਗਏ ਉਹਨੇ ਅਸੀਂ ਇੱਕ ਸਾਂਝੀ ਕਰ ਲਾ ਜੀ ਕਹਿੰਦਾ ਮੈਨੂੰ ਤਾਂ ਡੈਨ ਆ ਕੇ ਕਹਿੰਦਾ ਜੀ ਮੈਂ ਨਹੀਂ ਬਣਦਾ ਮੈਂ ਚੱਲ ਕੋਈ ਨਹੀਂ ਮੈਂ ਤਾਂ ਡੈਨ ਆ ਤਾਂ ਉੱਧਰ ਅੱਧਾ ਪੌਣਾ ਘੰਟਾ ਕੱਟ ਉੱਡੇ ਹਾਂ ਉਦੋਂ ਬਾਅਦ ਘੰਟਾ ਵੱਧ ਘੰਟਾ ਡੇਢ ਤੋਂ ਬਾਅਦ ਆਪਣਾ ਰਿਹਾ ਇਕੱਲਾ ਹੀ ਅਤੇ ਆਪਾਂ ਢੰਗੇ 'ਤੇ ਭਰਿਆ ਦੂਜੀ ਬਾਜੀ ਫਿਰ ਫੌਜੀ ਨੇ ਆਪਣੀ ਸਾਂਝੀ ਨਹੀਂ ਹੋਈ ਤੀਜੀ ਬਾਜੀ ਮੈਨੂੰ ਕਹਿੰਦਾ ਬਾਈ ਤੇਰਾ ਮੇਰੇ ਨਾਲ ਕੀ ਮੇਲਾ ਯਾਰ ਕਹਿੰਦਾ ਅਤੇ ਆਪਣੇ ਤਾਂ ਤੜਕੇ ਤੋਂ ਸਾਂਝੀ ਕਰ ਲਿਆ ਕਰ ਮੈਂ ਤੜਕੇ ਤੋਂ ਨਹੀਂ ਮੈਂ ਕਰਦਾ ਵੀ ਹੱਥ ਨੇ ਤੇਰਾ ਫਿਰਦਾ ਹੋਇਆ ਜ਼ਰੂਰ ਕਰ ਲਾਂਗੇ ਆਪਾਂ ਕਿਸੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਅੱਜ ਤੱਕ ਕੋਈ ਬੰਦੇ ਵੀ ਕਹਿ ਦੇ ਆਪਾਂ ਨੂੰ ਵੀ ਕਾਲੇ ਨੇ ਬੰਦੀ ਨਹੀਂ ਆਪਣੇ ਨਾਲ ਅਤੇ ਆਪਾਂ ਵੀ ਗਾਮੇ ਨਾਲ ਆਪਣੀਆਂ ਸਾਂਝੀਆਂ ਹੁੰਦੀਆਂ ਰਹੀਆਂ ਬਾਈ ਜਾਂਟੇ ਨਾਲ ਆਪਣੀਆਂ ਸਾਂਝੀਆਂ ਹੁੰਦੀਆਂ ਰਹੀਆਂ ਤਰੀਕ ਨੂੰ ਸਾਰਿਆਂ ਨੇ ਹੁੰਦੀਆਂ ਆਪਣਾ ਕੋਈ ਐਡਾ ਹੈ ਹੀ ਨਹੀਂ ਸੀਗਾ ਫਿਰ ਪਿਛਲੇ ਸਾਲ ਇੱਥੇ ਉਹ ਛੱਡਣ ਧਮਕੇ ਲੈ ਰਿਹਾ ਪਰ ਸੀ ਕੁੱਕੂ ਦੀ ਉਹਦੇ ਖੰਭ ਉੱਟੇ ਅਗਸਟ ਚੌਕ 'ਤੇ ਗੇੜੇ ਪਵਾਏ ਸੀਗੇ ਅਤੇ ਤੀ 'ਤੇ ਮੈਂ ਕਿਹਾ ਇੱਥੇ ਗਰਮ ਆਇਆ ਚੱਕਾ ਵਾਲੇ ਨੂੰ ਪੁੱਛਦਾ ਮੈਂ ਕਬੂਤਰੀ ਛੱਡ ਦਿਓ ਮੈਂ ਕਿਹਾ ਕਲੈਰਾ ਪਰ ਦੋ ਇੰਟਰੀਆਂ ਹੈਗਾ ਉਹ ਕਹਿੰਦਾ ਛੱਡ ਦਿਆਂਗੇ ਵਧੀਆ ਉਹਨਾਂ ਨੇ ਪਿਆਰ ਆਪਣਾ ਪੀ ਤਿਰ ਗਿਆ ਅਤੇ ਮੈਂ ਇੱਥੇ ਛੱਡ ਦੇ ਗਦਰਾਣੇ ਚਾਰ ਨੇ ਸਾਂਝੀ ਕਰ ਲਈ ਇੱਕ ਪਾਸੇ ਮੈਨੂੰ ਕਹਿੰਦਾ ਵਿੱਚ ਪਾਉਣੀ ਹੈਗੀ ਮੈਂ ਨਹੀਂ ਪਾਉਣੀ ਮੈਂ ਛੱਡਣੀ ਕਲੈਰਾ ਪੁਰ ਸੀਗੀ ਅਤੇ ਇੱਥੇ ਤਾਂ ਜੀਤ ਲਈ ਬੈਠੀ ਹੈਗੀ ਉੱਥੇ ਫਿਰ ਢਾਈ ਤਿੰਨ ਘੰਟੇ ਵਿੱਚ ਪਾ ਦਿੱਤੇ ਬੈਠੀ ਨਹੀਂ ਤਾਂ ਤੋਂ ਆਈ ਨਹੀਂ ਅਥਨ ਨੇ ਰੋਹ 'ਚ ਫਲ ਗਈ ਉੱਥੇ ਬਾਈ ਉਹ ਵੀ ਸੀਗਾ ਮਲੋਟ ਵਾਲਾ ਰੰਮੀ ਅੱਗ ਕੋਲ ਸੀਗੇ ਹੱਥਾਂ ਤੇ ਸਾਡੇ ਕੋਲ ਬੈਠੇ ਰਹੇ ਠੀਕ ਹੈ ਜੀ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ ਆਪਾਂ ਨਾਲ ਨਾਲ ਇਹਨਾਂ ਦੇ ਆਪਾਂ ਦੇਖਦੇ ਹਾਂ ਕਬੂਤਰ ਵੀ ਵੀਰ ਲੈ ਕੇ ਆਇਆ ਕੀ ਨਾਂ ਜੀ ਆਪਣਾ ਸਰਬਾ ਕਿਹੜਾ ਪਿੰਡ ਹੈ ਜੀ ਭਾਗੀ ਬੰਦ ਕੀ ਆਪਣਾ ਰਿਲੇਸ਼ਨ ਹੈ ਜੀ ਯਾਰ ਦੋਸਤ ਹੈ ਜੀ ਠੀਕ ਹੈ ਜੀ ਕਿਹੜੀ ਨਸਲ ਹੈ ਜੀ ਤੁਸੀਂ ਫੜੀਏ ਕਿ ਤੁਹਾਨੂੰ ਪਤਾ ਦੱਸੋ ਜੀ ਰਘੂ ਵਾਲੀ ਜੀ ਵੇਖ ਕੇ ਦੱਸੋ ਰਘੂ ਵਾਲੇ ਪੁੱਤਰ ਹੈ ਜੀ ਇਹ ਰਘੂ ਤੋਂ ਲੈ ਕੇ ਆਉਂਦੇ ਜੀ ਉਹਨਾਂ ਦੇ ਗਾਂ ਬੱਚੇ ਹੈ ਜਾਂ ਇਹ ਵੱਡੀ ਜੋੜੀ ਹੈ ਵੱਡੀ ਜੋੜੀ ਤਾਂ ਕਲੈਰਾ ਪੂਰਾ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਛੱਡਿਆ ਇਹ ਬਾਜੀ ਹਾਂ ਜੀ ਕਿਹੜੀ ਜਗ੍ਹਾ ਬਾਜੀ ਛੱਡੇ ਰਾਮਸਰੇ ਛੱਡੇ ਸੀ ਰਾਮਸਰੇ ਅਤੇ ਕੀ ਉੱਥੇ ਰਿਹਾ ਇਹਦਾ ਦੋ ਰਹਿ ਗਿਆ ਦੋ ਰਹਿ ਗਏ ਸੀ ਦੂਸਰਾ ਕਬੂਤਰ ਕਿਹਦਾ ਨਾਲ ਸੀਗਾ ਜੀ ਫੌਜੀ ਮੰਗਿਆ ਫੌਜੀ ਮੰਗਿਆ ਨੇ ਇਹਦਾ ਟਾਈਮ ਕਰਕੇ ਠੀਕ ਹੈ ਜੀ ਟੋਟਲ ਕਿੰਨੇ ਕਬੂਤਰ ਉੱਡੇ ਸੀ ਕਿੰਨੇ ਉੱਡੇ ਐਂਟਰੀ ਦੇ ਆਪਣੇ 50 ਸੀ ਐਂਟਰੀ ਵਾਲੀ ਬਾਜੀ ਸੀ ਲਓ ਜੀ ਆਹ ਵੀਰ ਨੇ ਕਬੂਤਰ ਉਹਦੇ ਵੀਰ ਨਾਲ ਕੀ ਲਿਆ ਜਾਂ ਨਹੀਂ ਜਾਂ ਵੈਸੇ ਲੈ ਕੇ ਆਏ ਲਿਆ ਜੀ ਹੈਗੀ ਲਿਹਾਜ ਕਰਕੇ ਲਓ ਜੀ ਯਾਰੀ ਦੋਸਤੀ ਦੇ ਵਿੱਚ ਵੀਰ ਨੇ ਪੁੱਛ ਵੀ ਲੈਂਦਾ ਕਬੂਤਰ ਦਿੱਤੇ ਆ ਅਤੇ ਬਾਜੀ ਜਿੱਤ ਗਿਆ ਜੀ ਪੂਰਾ ਇਹਨੂੰ ਦਿਖਾਓ ਕਬੂਤਰ ਨੂੰ ਵੀਰ ਨੇ ਹੁਣ ਵਿਖਾਈ ਆਪਾਂ ਨੂੰ ਸ਼ਾਹ ਆਖੀ ਮਾਦੀ ਇਹ ਬਾਈ ਕਿਹੜਿਆਂ ਤੋਂ ਰਘੂ ਵਾਲਿਆਂ ਚੋਂ
ਇੱਕ ਜ਼ਿਕਰ ਕੀਤਾ ਸੀ ਵੀਰ ਦਾ, ਕੀ ਨਾਂ ਹੈ ਜੀ ਆਪਣਾ? ਗਿਆਨੀ ਜੀ। ਗਿਆਨੀ, ਗਿਆਨੀ ਕਿਉਂ ਕਹਿੰਦੇ ਆ? ਅੱਛਾ ਪਹਿਲਾਂ ਜੁੜਾ ਸੀ, ਮੈਂ ਵੀ ਕਿਹਾ ਵੀ ਗਿਆਨੀ, ਚਲੋ ਮੁੰਡੇ ਨੂੰ ਤਾਂ ਕਹਿ ਸਕਦੇ ਵੀ ਗਿਆਨੀ ਹੈ, ਠੀਕ ਹੈ ਪਹਿਲਾਂ ਜੁੜਾ ਸੀ, ਠੀਕ ਹੈ ਠੀਕ ਹੈ ਜੀ। ਕਬੂਤਰ ਤੁਸੀਂ ਬਾਈ ਦੇ ਸੰਭਾਲਦੇ ਹੋ ਇੱਥੇ, ਤੁਸੀਂ ਡਾਉਂਦੇ ਹੋ? ਉਹ ਬਾਈ ਕਹਿੰਦਾ ਸੀ ਵੀ ਆਹ ਬੰਦਾ ਲਾਜ਼ਮੀ ਆਪਾਂ ਦੋ ਤਿੰਨ ਵਾਰੀ ਵਿਖਾਉਣਾ, ਬਾਈ ਕਬੂਤਰ ਬਹੁਤ ਵਧੀਆ ਸੰਭਾਲਦਾ ਹੈ, ਤੇ ਬਹੁਤ ਚਾਨਣਾ ਮਾੜਾ ਆ, ਕਿਵੇਂ ਉੱਡਦੇ ਆ ਕਬੂਤਰ, ਕਿਵੇਂ ਘਰੇ ਘੱਟ ਉੱਡਦੇ ਆ ਵੱਧ ਉੱਡਦੇ ਆ? ਠੀਕ ਹੈ ਜੀ। ਜਦੋਂ ਪਹਿਲਾਂ ਬਾਈ ਕੋਲ ਕਬੂਤਰ ਹੁੰਦੇ ਸੀ ਰਾਜ ਨਾਲੇ, ਉਦੋਂ ਵੀ ਤੁਸੀਂ ਡਾਉਂਦੇ ਸੀ? ਦੂਜਾ ਸਾਲ। ਅੱਛਾ ਦੂਜਾ ਸਾਲ ਹੈ, ਠੀਕ ਹੈ ਠੀਕ ਹੈ ਜੀ। ਤੇ ਇਹਦੇ ਬਾਰੇ ਦੱਸੋ ਬਾਈ, ਕੀ ਕਿੱਥੇ ਛੱਡੀ? ਅੱਛਾ ਜੀ, ਜਿੱਦੇ ਫੌਜੀ ਕਹਿੰਦਾ ਸੀ ਮੇਰੀ ਡੈਣ ਹੈ, ਉਹ ਦੇ ਕਬੂਤਰੀ ਆਪਣੀ ਨਾਲ ਛੱਡੀ? ਠੀਕ ਹੈ ਜੀ, ਠੀਕ ਹੈ ਜੀ। ਉੱਥੇ ਫਿਰ ਕੱਲੀ ਰਹਿ ਗਈ ਸੀ? ਕੱਲੀ ਰਹਿ ਗਈ। ਲਓ ਜੀ, ਕੱਲੀ ਰਹਿ ਗਈ ਸੀ ਬਾਈ ਦੀ ਕਬੂਤਰੀ। ਲਓ ਜੀ, ਹੁਣ ਆਇਆ ਬਾਈ ਕਾਕਾ, ਕਾਕਾ ਬੰਗੀ। ਬੰਗੀ ਕਿਹੜੀ ਹੈ ਜੀ? ਹਾਂ ਚਾਰ, ਆਪਣੀ ਕਿਹੜੀ ਬੰਗੀ ਹੈ? ਬੰਗੀ ਰੁਲਦੂ। ਤੇ ਬਾਈ ਦਾ ਕਹਿਣਾ ਹੈ ਕਿ ਬਾਈ ਕੋਲ ਕਾਫੀ ਜਿੰਨੇ ਵੀ ਇੱਥੇ ਨਾਲ ਨਾਲ ਕਲੱਬ ਬਣੇ ਹੋਏ ਆ, ਤੁਹਾਡੇ ਕੋਲ ਹੁੰਦੀ ਹੈ ਕਾਫੀ, ਕੀ ਗੱਲ? ਤੁਹਾਡੀ ਨਿਗਾਹ ਵੱਧ ਹੈ ਜਾਂ ਤੁਸੀਂ ਸੱਚੇ ਸੁੱਚੇ ਆਦਮੀ ਹੋ, ਮਤਲਬ ਤੁਹਾਨੂੰ ਕਾਫੀ ਤੇ ਤਾਂ ਚੜਾਉਂਦੇ? ਪਤਾ ਹੀ ਯਾਰੀ ਆਪਣੀ ਸਾਰਿਆਂ ਨਾਲ ਜੀ, ਕਬੂਤਰ ਨੂੰ ਬਾਜੀ ਦਿੰਦੇ, ਬਹੁਤ ਵਧੀਆ ਗੱਲ ਹੈ ਜੀ। ਕਦੇ ਕੋਈ ਰੌਲਾ ਨਹੀਂ ਪਿਆ ਕਿਸੇ ਦਾ, ਚਾਹੇ ਜਵਾਕ ਦਾ ਕਬੂਤਰ ਹੈ, ਉਹ ਜਿਹਦਾ ਹੈਗਾ ਉਹ ਜਿੱਤੂਗਾ ਜੀ। ਐ ਨਹੀਂ ਹੈਗਾ ਵੀ ਆਪਣੇ ਸਭ ਨਾਲ ਲਿਆ, ਯਾਰੀ ਦੋਸਤੀ ਦਾ ਨਹੀਂ ਵੀ ਤੇਰਾ ਦਾ ਹੈ ਨਹੀਂ ਟੈਸਟ ਲਾਇਆ ਜਾਂ ਵਧੀਆ ਚੱਲ, ਜਿਹਦਾ ਫਿਰਦਾ ਉਹਦਾ ਹੋਊਗਾ ਕਬੂਤਰ ਹੋਊਗਾ। ਸੋ ਬਹੁਤ ਵਧੀਆ ਜੀ, ਇਹੋ ਜਿਹੇ ਬਹੁਤ ਘੱਟ ਇਨਸਾਨ ਹੈ ਜਿਹੜੇ ਕਿ ਸੱਚੇ ਸੁੱਚੇ ਹੈ। ਕਿਹੜਾ ਕਬੂਤਰ ਹੈ ਜੀ ਇਹ? ਇਹ ਤਾਰੀ ਦੇ ਲੈਂਦੇ ਜੀ, ਤਾਰੀ ਬੈਣੀਵਾਲ। ਠੀਕ ਹੈ, ਇਹ ਰਾਜ ਨਾਲਿਆਂ ਤੁਸੀਂ ਹੈ ਜਾਂ ਉਹਨਾਂ ਕੋਲ ਹੋਰ ਕਬੂਤਰ ਹੈ? ਉਹ ਹੋਰ ਹੈ ਜੀ, ਇਹ ਹੋਰ ਹੈ ਜੀ, ਇਹ ਹੋਰ ਹੈ ਜੀ। ਇਹ ਵੀ ਬਾਜੀ ਛੱਡਿਆ ਜੀ ਆਪਾਂ? ਹਾਂ ਜੀ, ਕਿੱਥੇ ਜੀ? ਇਹ ਛੱਡਿਆ ਸੀਗਾ ਉੱਥੇ, ਕਿਹੜਾ ਬੰਦਿਆ ਸੀ ਉੱਧਰ ਜਿੱਧਰ ਡੰਗਲੇ ਮੱਟ ਦਾ? ਠੀਕ ਹੈ ਜੀ, ਉੱਥੇ ਕੀ ਰਿਜ਼ਲਟ ਰਿਹਾ? ਨਾਲ ਦੇ ਪਿੰਡ ਵਾ ਗਿਆ ਸੀ, ਅੱਛਾ ਨਿਕਲ ਗਿਆ ਸੀ। ਇਹਦੇ ਭੈਣ ਭਰਾ ਬਹੁਤ ਜਿੱਤੇ ਹੈਗੇ, ਭੈਣ ਭਰਾ ਕਾਫੀ ਜਿੱਤੇ, ਵੈਸੇ ਇਹ ਕਬੂਤਰ ਨਾਲ ਪਿੰਡ ਨੇੜੇ ਹੋਣਾ ਨਿਕਲ ਗਿਆ। ਲਓ ਜੀ, ਇੱਕ ਵੀਰ ਹੋਰ ਆਇਆ, ਚਿੱਟਾ ਚਿੱਟਾ ਕੁੜਤਾ ਪਜਾਮਾ, ਤਿੱਲੇ ਵਾਲੀ ਜੁੱਤੀ, ਤੇ ਖੁਸ਼ ਬੜਾ, ਵਿਆਹ ਨੀ ਹੋਇਆ? ਬੱਲੇ 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 ਬੱਲੇ, ਠੀਕ ਹੈ। ਕਿਹੜਾ ਕਬੂਤਰ ਹੈ ਜੀ ਇਹ? ਸਾਰੀ ਵਾਲਿਆ, ਠੀਕ ਹੈ ਜੀ। ਤੇ ਮਗਰਲੇ ਬੱਚੇ ਜਿਹੜੇ ਫੁੱਲ ਕਢਾਏ ਆ। ਤੇ ਕੀ ਨਾਂ ਵੀਰ ਆਪਣਾ? ਕਾਕਾ। ਕਿਹੜਾ ਪਿੰਡ ਹੈ? ਰਾਮਸਰਾ, ਠੀਕ ਹੈ, ਨਾਲ ਹੀ ਪਿੰਡ ਛੱਡ ਕੇ ਰਾਮਸਰਾ। ਤੇ ਬਾਈ ਨਾਲ ਦੋਸਤੀ ਹੈ ਜਾਂ ਵੈਸੇ ਕੋਈ ਰਿਸ਼ਤੇਦਾਰੀ ਆ? ਨਾ ਨਾ ਵੈਸੇ ਦੋਸਤੀ ਹੈ। ਖੁਸ਼ ਮਜ਼ਾਜ ਬਹੁਤ ਆ ਬਾਈ, ਇਹ ਤੇ ਬਹੁਤ ਵਧੀਆ ਪਸੰਦ ਕਰਦੇ ਨੇ। ਅੱਛਾ ਜੀ, ਬਹੁਤ ਬਹੁਤ। ਚਲੋ, ਬੰਦਾ ਜਿਵੇਂ ਕਹਿੰਦੇ ਖੁਸ਼ ਮਜ਼ਾਜ ਹੀ ਚਾਹੀਦਾ, ਤੇ ਆਪਣੀ ਵੀ ਥੋੜ੍ਹੀ ਯਾਦ ਤਾਂ ਮਜ਼ਾਕ ਕਰ ਲਈਦਾ, ਗੁੱਸਾ ਨਾ ਕਰਦੇ ਕਿਤੇ। ਨਹੀਂ ਨਹੀਂ, ਇਹ ਕਾਲੇ ਚੀਨੇ ਜਾਂ ਲਾਲ ਚੀਨੇ ਵੀ? ਕਾਲੇ ਚੀਨੇ ਵੀ ਕਰਦੇ, ਲਾਲ ਚੀਨੇ, ਲਾਲ ਚੀਨੇ, ਲਾਲ ਚੀਨੇ ਜ਼ਿਆਦਾ ਕਰਦੇ। ਠੀਕ ਹੈ, ਇਹ ਜ਼ੋਰ ਨੂੰ ਚੰਗਾ ਲਾਉਂਦੇ। ਠੀਕ ਹੈ, ਉਦੋਂ ਜੋ ਪਹਿਲਾਂ ਰੱਖੇ ਸੀਗੇ ਕਬੂਤਰ ਕੰਮ ਵਾਲੇ ਛੱਡੇ ਸੀਗੇ। ਆ ਜਾਓ ਵੀਰ, ਆ ਜਾਓ ਆ ਜਾਓ। ਲਓ ਜੀ, ਆ ਵੀਰ ਲੈ ਕੇ ਆਇਆ ਲਾਲ ਟੌਰੀ, ਗੁਲਾਬੀ ਟੌਰੀ। ਕਿਹੜਾ ਜੀ ਇਹ ਕਬੂਤਰ? ਇਹ ਵੀ ਰਘੂ ਵਾਲਿਆਂ ਚੋਂ। ਰਘੂ ਵਾਲਿਆਂ ਚੋਂ ਹੀ ਆ ਜੀ? ਛੱਡੀ ਆ ਬਾਜੀ? ਨਹੀਂ, ਐਤਕੀ ਹੈ ਬਾਈ, ਐਤਕੀ ਦਾ ਪੱਠਾ ਹੀ ਆ। ਠੀਕ ਹੈ, ਫੜ ਕੇ ਲੈ ਕੇ ਆਏ। ਕੀ ਨਾਂ ਹੈ ਜੀ ਆਪਣਾ? ਸੇਵਕ। ਸੇਵਕ, ਠੀਕ ਹੈ ਠੀਕ ਹੈ ਜੀ। ਕਿਹੜਾ ਪਿੰਡ ਹੈ ਜੀ? ਭਾਗੀ ਬਾਂਦਰ। ਕਾਫੀ ਪਿੰਡ ਦਾ ਕਬੂਤਰ ਆਉਂਦਾ ਰਹੇਗਾ, ਮੋਹਨ ਸਿੰਘ ਜੀ। ਠੀਕ ਹੈ, ਭਾਗੀ ਬਾਂਦਰ ਬਾਜੀ ਵੀ ਸੁਣਦੇ ਆ, ਬਹੁਤ ਵਧੀਆ ਸੀ। ਠੀਕ ਹੈ, ਮੋਹਨ ਸਿੰਘ ਕੋਲ ਕਿੰਨਾ ਟਾਈਮ ਰਹੇ ਜੀ? ਪੰਜ ਮਹੀਨੇ। ਉਸ ਤੋਂ ਬਾਅਦ ਫਿਰ ਸ਼ਾਇਦ ਉਹਨਾਂ ਨੇ ਕਬੂਤਰ ਛੱਡਤੇ ਸੀ, ਡੈਥ ਹੋ ਗਈ ਸੀ ਆ ਕੇ। ਸੋ ਉਹਨਾਂ ਦਾ ਦੇਖਿਆ ਹੋਣਾ, ਜਿਹੜਾ ਉਹਨਾਂ ਦੇ ਖੁੱਡੇ ਬਣੇ ਸੀ ਉੱਥੇ ਕੱਚੇ ਜਾਂ, ਬਹੁਤ ਵਧੀਆ, ਬਹੁਤ ਸਕੂਨ ਆਉਂਦਾ ਸੀ ਉੱਥੇ। ਅੱਜ ਕੱਲ੍ਹ ਤਾਂ ਕੱਚੇ ਖੁੱਡੇ ਰਹੇ ਨਹੀਂ।
ਤੇ ਬਹੁਤ ਵਧੀਆ ਸੁਭਾਅ ਵੀ ਸੀ ਉਹਨਾਂ ਦਾ, ਸਰਦਾਰ ਮੋਹਨ ਸਿੰਘ ਦਾ। ਤੇ ਠੀਕ ਹੈ ਜੀ, ਮਿਲ ਕੇ ਤੁਹਾਨੂੰ ਵੀ ਖੁਸ਼ੀ ਹੋਈ, ਤੇ ਇਹ ਆਪਣੇ ਐਤਕੀ ਦਾ ਬੱਚਾ ਹੈ। ਠੀਕ ਹੈ ਜੀ, ਲਓ ਜੀ ਬਤਾਵਾ ਹਰਿਆਣਾ ਹੈ। ਕੀ ਨਾਮ ਹੈ? ਕੁਲਵੰਤ। ਸਾਰਾ ਪੰਜਾਬ ਹੀ ਜਾਣਦਾ। ਕੁਲਵੰਤ ਰਾਮ ਹੈ? ਕੁਲਵੰਤ ਸਿੰਘ। ਠੀਕ ਹੈ, ਬਾਣੋ ਪੂਰਾ ਬਾਗਣੀ ਵਾਲਾ ਹੈ। ਠੀਕ ਹੈ, ਠੀਕ ਹੈ। ਕਬੂਤਰ ਰੱਖਿਆ? ਕਿੱਦਾਂ ਰੱਖਿਆ? ਲਾਲ ਬਾਈ। ਠੀਕ ਹੈ, ਇੱਕ ਲੋ ਜੀ ਜੋ ਥਾਰੋ ਕੀ ਸੁਗਾ ਵਾ ਆਪਣੋ ਕੁਕਿਆਲੀ ਬਾਈ ਆਇਆ ਇੱਕ ਕੁਕਿਆਲੀ ਨੂੰ ਇਕੱਠੇ ਡਾਉਂਦੇ ਸੋ ਜੀ। ਅੱਛਾ, ਬਾਈ ਨਾਲ ਇਕੱਠੇ ਡਾਉਂਦੇ ਤੁਸੀਂ ਕਬੂਤਰ? ਬਹੁਤ ਵਧੀਆ ਗੱਲ ਹੈ ਜੀ, ਬਾਈ ਇੱਕ ਕੁਕਿਆਲੀ ਤੋਂ ਵੀ ਆਇਆ, ਬਾਈ ਨਾਲ ਚੰਗਾ ਪ੍ਰੇਮ ਹੈ। ਬਾਈ ਸੁਰਜੀਤ ਕੁੱਕਿਆਂ ਵੀ ਆਏ ਮਨਾਉਣੇ, ਉਹਨਾਂ ਨਾਲ ਵੀ ਤੁਹਾਨੂੰ ਅਤੇ ਪਾਓ ਜੀ ਚਾਨਣਾ। ਇਹ 5000 ਵਾਲਾ ਨਹੀਂ ਸੀਗਾ, ਲੈਗ ਗਾਮੀ ਵਾਲਾ ਉਹਨਾਂ 'ਚੋਂ ਆਏ। ਅੱਛਾ, ਮਿੱਕੀ ਗਾਮੀ ਵਾਲੇ ਦੇ ਜੋ 5000 ਦਾ ਮੁੱਲ ਕਬੂਤਰ ਲੈ ਗਏ ਸੀ ਉਹ ਉਹਨਾਂ 'ਚੋਂ। ਹਾਂ, ਇਹ ਗਾਲੜ ਵਾਈ ਦੇ ਜਾਂ ਕੋਈ ਹੋਰ ਹੈ? ਇਹ ਉਹ ਜਿਹੜੇ ਉੱਥੋਂ ਉਹ ਚੱਕਿਆ ਸੀਗਾ, ਧੰਨੇ ਦਾ ਕਬੂਤਰ ਚੱਕਿਆ ਸੀਗਾ ਮੇਰਾ। ਅੱਛਾ, ਬਾਬੇ ਧੰਨੇ ਦਾ ਜਿਹੜਾ ਕਬੂਤਰ ਚੱਕਿਆ ਸੀ ਉਹਨਾਂ 'ਚੋਂ? ਉਹਨਾਂ 'ਚੋਂ। ਠੀਕ ਹੈ, ਇਹ ਵੀ ਇਹਦੀ ਮਾਂ ਵੀ ਤਾਰੀਆਂ ਦਿੱਤੀ ਸੀ ਮੇਰੇ ਕੋਲ ਗਿਫਟ ਦਿੰਦਾ। ਠੀਕ ਹੈ ਜੀ, ਇਹ ਬੱਚਾ ਕਿਹਦੇ ਘਰੇ ਨਿਕਲਿਆ? ਆਪਣੇ ਆਪਣੇ ਘਰੇ ਨਿਕਲਿਆ। ਠੀਕ ਹੈ, ਇਹ ਛੱਡਿਆ ਬਾਜੀ ਆਪਾਂ ਛੱਡਣਾ? ਅੱਛਾ, ਇਹ ਬਾਜੀ ਛੱਡਣਾ, ਦਿਖਾਓ ਜੀ ਬੜਾ ਇੱਕ ਉੱਤਰ, ਕਿਉਂਕਿ ਡਾਰੀ ਬੂਆ ਜੀ ਦੇ ਘਰੇ ਨਸਲ ਉਹਨਾਂ ਦੀ ਨਾ ਹੋਵੇ। ਅਤੇ ਅੱਜ ਬਾਈ ਹੋਰਾਂ ਨੇ ਉਹ ਜਿਹੜਾ ਕਬੂਤਰ ਬਾਬਾ ਜੀ ਧੰਨਾ ਇਹਦਾ ਕੀ ਕਿਹੜੇ? ਠੀਕ ਹੈ ਜੀ, ਬਲਦੇਵ ਪਹਿਲਾਣੀ ਨਾਲ ਉਹਨਾਂ ਦੀ ਰਾਜਨ ਵੀ ਵਧੀਆ ਸੀਗੀ, ਉਹਨਾਂ ਨੇ ਆਪਸ ਵਿੱਚ ਜਿਵੇਂ ਉਹ ਪ੍ਰੇਮ ਸੀਗਾ ਉਹਨਾਂ ਦਾ। ਕਿਹੜੇ ਸਨ ਦੀ ਗੱਲ ਹੋਊਗੀ? ਪੁਰਾਣੇ ਜਾਣ ਤੋਂ ਪਹਿਲਾਂ ਦੀ, ਗਾਉਣ ਤੋਂ ਪਹਿਲਾਂ ਦੀ ਗੱਲ, ਉਦੋਂ ਚੱਕਿਆ ਸੀ। ਠੀਕ ਹੈ ਜੀ, ਲਓ ਜੀ ਉਦੋਂ ਬਾਅਦ ਇਹ ਕਬੂਤਰ ਛੱਡਦੇ ਰਾਜਨ ਨੇ ਵੀ। ਠੀਕ ਹੈ ਜੀ, ਇਹ ਤਾਰੀਖ ਕਰੇ ਕਬੂਤਰ ਦਾ ਪਿਓ ਰਿਹਾ ਸੀਗਾ ਉਹਨਾਂ ਦਾ। ਠੀਕ ਹੈ ਜੀ, ਬਹੁਤ ਸਾਲ ਉਦੋਂ ਬਾਅਦ ਜੋ ਅਸੀਂ ਜਾਣ ਲੱਗੇ ਰਾਜਨ ਨੇ ਕਬੂਤਰ ਉਹਦੇ ਰੱਖੇ ਸੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਬਾਈ, ਸਾਰੇ ਚੱਕੜਾ ਕਰੋਪਾਂ ਦਾ ਜੀ ਘਰੇ ਆਇਆਂ ਦਾ ਧੰਨਵਾਦ ਕਰਦੇ ਹਾਂ। ਬਾਕੀ ਕਬੂਤਰਾਂ ਦਾ ਬਾਈ ਜੀ ਇਹੀ ਰੱਖਦੇ ਹਾਂ, ਮੈਂ ਤਾਂ ਬਸ ਇਹਨਾਂ ਰੰਗ ਲਾਉਣਾ। ਤੁਸੀਂ ਬਾਈ ਰਾਜਨ ਦੇ ਛੋਟੇ ਬਾਈ, ਇੰਨਾ ਹੀ ਬੜਾ ਜੀ ਆਪਣੀ, ਮਤਲਬ ਕਿ ਜਦੋਂ ਬਾਈ ਘਰੇ ਨਾ ਹੋਣ, ਚਲੋ ਬੰਦਾ ਸੰਭਾਲ ਦਿੰਦਾ, ਦਾਣੇ ਪਾ ਦਿੰਦਾ, ਫਿਕਰ ਨਹੀਂ ਹੁੰਦਾ। ਜਦੋਂ ਬਾਜੀ ਬਾਈ ਹੋਰੇ ਚੱਲ ਜਾਂਦੇ ਆ, ਆਪਣਾ ਹੀ ਹੁੰਦਾ ਜੀ ਸਾਰਾ ਕੁਛ, ਤੁਹਾਡਾ ਹੀ ਹੁੰਦਾ। ਠੀਕ ਹੈ ਜੀ, ਕਈ ਵਾਰੀ ਹੁੰਦਾ ਨਾ ਵੀ ਬਾਜੀ ਜਿੱਤ ਲਈ ਸੁੱਕਾ ਆ ਕੇ ਘਰੇ ਰਾਮ ਰਾਮ ਕਰਤੀ? ਨਹੀਂ ਨਹੀਂ ਜੀ, ਆਪਣੇ ਕੋਲੇ ਆਉਂਦਾ ਸਾਰਾ ਕੁਛ। ਅੱਛਾ, ਤੁਹਾਡੇ ਕੋਲੇ ਆਉਂਦਾ ਸਾਰਾ ਸਮਾਨ? ਠੀਕ ਹੈ, ਠੀਕ ਹੈ, ਠੀਕ ਹੈ ਜੀ। ਕਿਹੜਿਆਂ ਚੋਂ ਜੀ ਇਹ ਕਬੂਤਰ? ਇਹ ਜਗਮਾਲ ਵਾਲੇ ਤੋਂ ਕੁਲਦੀਪ ਜੋੜੀ ਲੈਂਦੀ ਉਹਨਾਂ ਦਾ, ਜਗਮਾਲ ਵਾਲੇ ਕੁਲਦੀਪ ਸਿੰਘ ਤੋਂ ਲੈ ਕੇ ਆਏ। ਇਹ ਵੀ ਬਹੁਤ ਚੰਗੇ ਉੱਡੇ, ਪਹਿਲਾਂ ਉਹਨੂੰ ਪੱਠਾ ਲਿਆਇਆ ਸੀਗਾ। ਇਹ ਦੱਸ ਹੀ ਰਿਹਾ ਜੀ, ਕੌੜੇ ਹੋਣਗੇ ਥੋੜੇ ਜਿਹੇ ਕਬੂਤਰ, ਕੌੜੇ ਆ ਤੇ ਹੋਰ ਉੱਡਦੇ ਬਹੁਤ ਆ। ਅੱਗ ਨੂੰ ਬਾਹਲੇ ਚੰਗੇ ਜਿੱਦ ਤੋਂ ਪਹਿਲਾਂ ਹੀ 5000 ਰੁਪਏ ਲਾ ਲਾ ਗੁਰੂ, ਇੰਨਾ ਨਾ ਦੇ ਜੋ, ਕਿਉਂਕਿ ਕਬੂਤਰ ਵੇਖਣ ਨੂੰ ਹੀ ਦੱਸ ਰਹੇ ਆ ਜੀ ਵੀ ਕੌੜੇ ਹੋਣਗੇ ਪੂਰੇ। ਛੱਡਿਆ ਜੀ ਇਹ ਬਾਜੀ ਜਾਂ ਐਤਕੀ ਦਾ? ਐਤਕੀ ਦਾ। ਇਹ ਐਤਕੀ ਦਾ, ਲਓ ਜੀ ਦਿਖਾਓ। ਠੀਕ ਹੈ ਜੀ, ਇਹ ਪੈਂਟ ਛੱਡੀ ਸੀ। ਠੀਕ ਹੈ, ਲਓ ਜੀ ਆਉਣ ਵਾਲੇ ਸਮੇਂ ਦਾ ਹੋਰ ਖਿਡਾਰੀ ਆ ਗਿਆ ਆਪਣੇ। ਉਹ ਦੂਜਾ ਬਾਈ ਕਹਿੰਦਾ ਨਾ ਗਿਆਨੀ, ਗਿਆਨੀ ਤੁਸੀਂ ਇਹਦਾ ਨਾਂ ਰੱਖਣਾ ਸੀ ਜੀ, ਗਿਆਨੀ ਬੰਦਾ ਇਹ ਹੈ। ਕਿਉਂ ਜੀ, ਕਿਹੜਾ ਪੁੱਤਰਾ ਇਹ ਕਬੂਤਰ? ਫਿਰ ਪਹਿਲਾਂ ਕਬੂਤਰ ਫੜ ਵੇਖੀਏ, ਫੜ ਪੈਰ ਪਿੱਛੇ ਕਰ ਲੈ। ਮੈਂ ਗੱਲ ਸੁਣਾਉਣਾ ਤੈਨੂੰ ਲੀਲੇ ਬਾਈ ਦੀ, ਬਠਿੰਡੇ ਕੋਲੇ ਪਿੰਡ ਆ ਦਿਉਣ। ਮੈਂ ਤੇਰੇ ਜਿੱਡਾ ਹੀ ਹੁੰਦਾ ਸੀ ਛੋਟਾ, ਜਾਂਟੇ ਬਾਈ ਨਾਲ ਮੈਂ ਜਾਂਦਾ ਰਿਹਾ, ਬਾਜੀ ਛੱਡੀ ਸੀ ਇੱਕ, ਉੱਥੇ ਹੁੰਦਾ ਸੀ ਲੰਬੂ। ਅਤੇ ਜਦੋਂ ਮੈਂ ਰਾਤ ਨੂੰ ਕਬੂਤਰ ਇੱਕ ਮੇਰਾ ਦੁਸਰ 'ਚ ਰਹਿ ਗਿਆ, ਇੱਕ ਬਾਈ ਜੰਟੇ ਦਾ ਰਹਿ ਗਿਆ ਸੀ, ਇੱਕ ਉਹਦਾ ਬਾਈ ਬੋਗੇ ਦਾ ਰਹਿ ਗਿਆ ਸੀ, ਇੱਕ ਜਿਹੜੇ ਹੁਣ ਭਾਈ ਸਾਹਿਬ ਦੀ ਮੌਤ ਹੋਈ ਹੈ ਮੇਜਰ ਭੁੱਚੋ, ਉਹਨਾਂ ਦਾ ਕਬੂਤਰ ਸੀ। ਅਤੇ ਤੇਰੇ ਵਾਂਗੂ ਮੈਨੂੰ ਕਬੂਤਰ ਨਹੀਂ ਫੜਨ ਆਉਂਦੇ, ਮੈਂ ਐਂ ਫੜ ਲੈਂਦਾ ਸੀ। ਮੈਨੂੰ ਕਹਿੰਦਾ ਉਹ ਹੈ ਦਾ ਜਵਾਕ ਦਾ, ਇਹਨੂੰ ਕਬੂਤਰ ਫੜਨ ਦਾ ਤਾਂ ਪਤਾ ਨਹੀਂ ਗਾ। ਮੈਂ ਕਿਹਾ ਚੱਲ ਅੱਜ ਆਪਾਂ ਵੀ ਵੇਖੀਏ ਵੀ ਤੈਨੂੰ ਕਬੂਤਰ ਫੜਨ ਦਾ ਪਤਾ ਹੈ ਕਿ ਨਹੀਂ ਪਤਾ। ਹਾਂਜੀ, ਹੁਣ ਕਰਦੇ ਹਾਂ ਗੱਲ। ਪਿਛਲੇ ਸਾਲ ਜਿਹੜੀ ਕਬੂਤਰੀ ਦਿੱਤੀ, ਫਿਰ ਕਿਹਨੇ ਦੱਸਿਆ ਸੀਗਾ ਕਿ ਬਾਈ ਦੀ ਫੜਦੀ ਸੀ?
ਆਪ ਦੀ ਕਿੱਥੋਂ ਲੈ ਕੇ ਆਇਆ ਸੀ? ਬੱਚਾ ਕਿਹੜਾ ਹੈ ਘਰੇ? ਯਾਰ ਬਾਈ ਕਾਲੇ ਮੈਨੂੰ ਲੱਗਦਾ ਤੇਰਾ ਚੇਲਾ ਡੈਡੀ ਰੱਖਦਾ। ਡੈਡੀ ਰੱਖਦਾ? ਠੀਕ ਆ ਠੀਕ ਆ ਠੀਕ ਆ। ਕਿਹੜੇ ਕਬੂਤਰਾ ਪੁੱਤ ਆਪਣੇ ਕੋਲੇ? ਕਬੂਤਰ ਦਾ ਹੀ ਡੈਡੀ ਨੂੰ ਪਤਾ। ਡੈਡੀ ਨੂੰ, ਡੈਡੀ ਨੂੰ ਪਤਾ। ਸ਼ੌਕ ਕਰ, ਬਹੁਤ ਵਧੀਆ ਸ਼ੌਕ ਆ, ਨਸ਼ੇ ਤੋਂ ਦੂਰ ਹੈ, ਪਰ ਪੜ੍ਹਾਈ ਜ਼ਰੂਰ ਕਰੀ ਨਾਲ। ਸਕੂਲੋਂ ਆ ਕੇ ਜਿੰਨੇ ਮਰਜ਼ੀ ਕਬੂਤਰ ਡਾਲੀ, ਜਿੰਨੇ ਮਰਜ਼ੀ ਡਾਲੀ, ਨਾ ਤਾਂ ਤੇਰੀ ਮੰਮੀ ਕੁਛ ਕਹੂਗੀ, ਨਾ ਤੇਰਾ ਡੈਡੀ ਕੁਛ ਕਹੂਗਾ। ਡੈਡੀ ਨੇ ਤਾਂ ਕਹਿਣਾ ਹੀ ਕਿ ਕਬੂਤਰ ਰੱਖੇ। ਤੇਰੀ ਦਾਦੀ, ਤੇਰੀ ਮੰਮੀ ਤੈਨੂੰ ਕੋਈ ਕੁਛ ਨਹੀਂ ਕਹੂਗਾ। ਅੱਜ ਸਾਡਾ ਵੀ ਇਹ ਵਾਅਦਾ ਅਤੇ ਬਹੁਤ ਅੱਗੇ ਜਾਏਗਾ, ਪਰ ਪੜ੍ਹਾਈ ਬਹੁਤ ਜ਼ਰੂਰੀ ਆ, ਬੜੀ ਲਾਜ਼ਮੀ। ਕਬੂਤਰ ਜਿੰਨੀ ਮਰਜ਼ੀ ਰੱਖ। ਹਾਂਜੀ, ਅਤੇ ਜਿਹੜੀ ਚੀਨੀ ਕਬੂਤਰੀ ਜਿੱਤੀ ਸੀ ਉਹਨੂੰ ਖਾ ਰਹੇ ਜੀ ਜਾਂ ਆਪਣਾ? ਇਹ ਆਪਾਂ ਇੱਥੇ ਰੰਮੀ ਕਦੋਂ ਦੋ ਕਬੂਤਰ ਲੈਂਦੇ ਸੀ। ਰੰਮੀ ਬਲੋਟ? ਹਾਂ, ਇੰਨਾ ਵਧੀਆ ਪਿਆਰਾ, ਬਹੁਤ ਚੰਗੇ ਕਬੂਤਰ ਆ ਰੰਮੀ ਕੋਲ ਜੀ। ਅਤੇ ਲੰਡਾ ਲੁੰਡਾ ਜਿਹੜਾ ਕਹਿੰਦੇ ਉਹਦਾ? ਠੀਕ ਹੈ ਜੀ। ਇਹ ਉਹਨਾਂ ਤੋਂ ਲੈ ਕੇ ਆਉਂਦੇ ਆ ਜਾਂ ਮਾਂ ਪਿਓ ਜਾਂ ਇਹ ਲੈ ਕੇ ਆਉਂਦੇ? ਮਾਂ ਪਿਓ ਲਿਆਂਦੇ। ਮਾਂ ਪਿਓ ਕਿਹੋ ਜਿਹਾ ਜੀ ਉਹ ਮਾਂ ਪਿਓ? ਇੱਕ ਤਾਂ ਸੀਗਾ ਕਾਲ ਪੁੱਛਾ ਜੀ, ਇੱਕ ਹੋਰ ਸੀਗਾ ਸਿੱਟਾਂ ਦਾ ਹੀ ਜੀ। ਜੀ ਜੀ ਜੀ, ਲਓ ਜੀ ਬਖਾਓ। ਹੁਣ ਆਪਣੇ ਕੋਲ ਪਹੁੰਚਿਆ ਬਾਈ ਸੁਰਜੀਤ ਘੁੱਕਿਆਂਵਾਲੀ ਤੋਂ। ਬੜਾ ਨਾਮ ਸੁਣਿਆ ਸੀ ਵੀਰ ਦਾ, ਸੁਰਜੀਤ ਘੁੱਕਿਆਂਵਾਲੀ। ਬਹੁਤ ਵਧੀਆ ਕਬੂਤਰ ਹੈ ਇਹਨਾਂ ਕੋਲ, ਬੜੇ ਵਧੀਆ ਜਿੱਤਦੇ ਆ ਬਾਈ ਦੇ ਕਬੂਤਰ। ਮਿਲਣ ਦਾ ਆਪਾਂ ਨੂੰ ਮੌਕਾ ਮਿਲ ਗਿਆ। ਅਤੇ ਹਾਂਜੀ ਬਾਈ ਜੀ, ਕਿਹੜੇ ਲੈ ਕੇ ਆਏ ਕਬੂਤਰ ਤੁਸੀਂ? ਬਾਈ ਜੀ ਦੇ। ਬਾਈ ਜੀ ਦੇ? ਇਹ ਵੀ ਰੰਮੀ ਕਦੋਂ ਆਇਆ? ਲਓ ਜੀ, ਆਹ ਵੀ ਮਲੋਟ ਵਾਲੇ ਰੰਮੀ ਤੋਂ ਆਇਆ ਜੀ। ਚਿੱਟੀਆਂ ਅੱਖਾਂ, ਊਸ ਦੇ ਵਿੱਚ ਕਾਲਾ ਖੰਭ ਹੈ ਜੀ, ਲੌਂਸ ਤਾਂ ਨਹੀਂ ਹੈ, ਪੂਛ ਦੇ ਵਿੱਚ ਦੋ ਖੰਭ ਕਾਲੇ ਆ। ਅਤੇ ਕਿਉਂਕਿ ਰੰਮੀ ਕੋਲ ਬਾਈ ਜੰਟਾ ਆਲਮਾਲਾ ਹੋਰ ਬਹੁਤ ਕਬੂਤਰ ਜਾਂਦੇ ਆ ਜੀ, ਬਦਾਮ ਚੁਗਦੇ ਜਿਹੜੇ ਬਾਈ ਜੰਟੇ ਆਲਮਾਲੇ ਦੇ ਕਬੂਤਰ, ਕਈ ਵਾਰੀ ਉਹਨੇ ਦੱਸਿਆ ਵੀ ਮੇਰੇ ਕੋਲ ਬਦਾਮ ਚੁਗਦੇ ਆ ਜਾਂਦੇ। ਮਤਲਬ ਕਬੂਤਰ ਉੱਚਾ ਉਹਦਾ ਘਰ ਪਲੋਟ ਦੇ ਵਿੱਚ ਪੈਂਦਾ, ਕਹਿੰਦਾ ਮੇਰੀ ਛਤਰੀ 'ਤੇ ਜਦੋਂ ਬਹਿ ਜਾਂਦੇ ਮੈਂ ਉਹਨੂੰ ਵੀ ਬਦਾਮ ਪਾ ਕੇ ਉਹਨਾਂ ਨੂੰ ਬਾਜ਼ੀ ਛੱਡ ਦਿੰਦਾ। ਬਹੁਤ ਕਬੂਤਰ ਉਹਨੇ ਵੀਰ ਨੇ ਬਾਜ਼ੀ ਛੱਡੇ ਅਤੇ ਜਿੱਤੇ ਵੀ ਹੈ, ਬਹੁਤ ਚੰਗੇ ਕਬੂਤਰ ਆਪਣੇ ਨਾਲ ਵੀ, ਕਾਫੀ ਪ੍ਰੇਮ ਹੈ ਵੀਰ ਦਾ ਰੰਮੀ ਦਾ। ਇਹ ਵੀ ਗਲਤੀ ਪੜ੍ਹਨ ਦੇ ਦਿਮਾਗ ਦੂਰ ਗਈ ਮੇਰਾ। ਅੱਛਾ ਜੀ, ਇਹ ਤੁਸੀਂ ਪੜ੍ਹਨ ਦੀ ਗੱਲ ਸੁਣਾਉਂਦੇ ਕਰੋ ਸਟਾਰਟ। ਉਹ ਮਚਾਕੀ ਬਾਜ਼ੀ ਛੱਡੀ ਹੈ, ਬਾਜ਼ੀ ਸੀਗੀ ਅਤੇ ਮੈਂ ਪਾ ਕੇ ਮੇਰੀ ਭੂਆ ਮਚਾਕੀ। ਅੱਛਾ, ਤੀਰ ਕੋਲ ਕੋਲ ਜੀ, ਕੰਨ ਵਿੱਚ ਨੈਣ ਨੇ ਛੱਡਤੀ ਬਾਜ਼ੀ, ਉੱਥੇ ਨੀਲੀ ਕੁਦੇ ਛੱਡੀ ਜੀ, ਅਤੇ ਹੱਥ ਨੇ ਬੈਠੀ ਨਹੀਂ ਗਈ। ਅਤੇ ਮੈਂ ਉਹਨੂੰ ਆਖਿਆ ਮਾਂ ਬਾਪ ਇਹਨੇ ਗੱਲਾਂ ਸੁਣਾਂਗੇ ਖਿਡਾਰੀ ਹੈਗਾ ਜੀ, ਅਤੇ ਮੈਂ ਭੂਆ ਘਰੇ ਪਾ ਲਿਆ ਉਹਨੂੰ ਜੀ। ਮੈਨੂੰ ਕਹਾਂ ਕਾਕਾ ਕਹਿ ਪੜ੍ਹਾਂਗਾ? ਮੈਂ ਪੜ੍ਹਿਆ ਤਾਂ ਹੈ ਨਹੀਂ, ਪੰਜ ਕੀ ਪੜ੍ਹਾਂਗਾ ਜੀ। ਅਤੇ ਕਹਾਂ ਕਬੂਤਰਾ ਦਾ ਮਹਾਂ ਕਹਾਂ ਕਮਰੇ 'ਚ ਘਰ ਆ ਸਿਵਿਆਂ ਦੇ ਪੈ ਜੀ। ਅੱਛਾ ਠੀਕ ਹੈ, ਸਹੀ ਗੱਲ ਹੈ ਜੀ, ਪੜ੍ਹਾਈ ਬੜਾ ਕੁਛ ਨਹੀਂ। ਅਤੇ ਬਾਈ ਆਪਣਾ ਕਿਵੇਂ ਮੇਲ ਹੋਇਆ ਬਾਈ ਦੇ ਨਾਲ? ਮੇਲ ਬਾਈ ਤੁਹਾਨੂੰ ਦੱਸਿਆ ਸੀ, ਬਾਜੀ ਸੀਗੇ ਇੱਥੇ ਬਾਈ ਸਾਡੇ ਲਿਵੇ ਰੋਣ, ਉੱਥੇ ਬਾਈ ਵਰਗੇ ਮਿਲ ਗਏ, ਉਦੋਂ ਬਾਅਦ ਮੇਲ ਮਿਲਾਪ ਵੱਧ ਗਿਆ ਬਾਈ ਜੀ। ਤੁਹਾਡੇ ਕੋਲ ਵੀ ਬਹੁਤ ਵਧੀਆ ਕਬੂਤਰ, ਕਿਹੜੀ ਨਸਲ ਆਈ ਤੁਹਾਡੇ ਕੋਲ? ਨਸਲ ਜੀ ਕੁਸ਼ਤਾ ਸੀ, ਲੈ ਕੇ ਆਏ ਸੀ ਬੇਗੇ ਲਹਿਰੇ ਕੋਲ, ਜੈਲ ਸਿੰਘ ਸੀਗੇ ਜੀ ਜੋ ਰਿਸਪੈਰ ਹੋ ਗਏ ਜੀ, ਉਹਨਾਂ ਕੋਲ ਲਿਆਂਦੇ ਸੀ। ਇੱਕ ਕਬੂਤਰ ਅਸੀਂ ਲੈ ਕੇ ਆਏ ਸੀ ਜੋ ਸੁਖਮੰਦਰ ਤੋਂ ਜਗੇ ਤੋਂ ਜੀ, ਉਹਨਾਂ ਨੇ ਕਿਉਂਕਿ ਮੈਂ ਦੇਖਿਆ ਕਿ ਬਹੁਤ ਵਧੀਆ ਤੁਹਾਡਾ ਨਾਂ ਹੈ, ਬਹੁਤ ਕਾਫੀ ਬਾਜ਼ੀਆਂ 'ਚ ਨਾਂ ਆਉਂਦਾ ਤੁਹਾਡਾ ਵੀ ਇੱਧਰ। ਅਤੇ ਵੈਸੇ ਤੁਹਾਡੇ ਇੱਥੋਂ ਨਾਲੋਂ ਗਰਮੀ ਵੀ ਜ਼ਿਆਦਾ ਪੈਂਦੀ ਹੋਣੀ? ਨਹੀਂ, ਫਰਕ ਹੈਗਾ ਜੀ, ਟੈਂਪਰੇਚਰ ਦਾ ਫਰਕ ਹੈ, ਕਿਉਂਕਿ ਉੱਧਰ ਤੁਹਾਡਾ ਜਿਹੜਾ ਏਰੀਆ ਥੋੜ੍ਹੇ ਜਿਹੇ ਸੁਣਿਆ ਵੀ ਪਰੇ ਟਿੱਬੇ ਆ ਜਾਂਦੇ ਆ, ਪਰ ਟਿੱਬੇ ਟੁੱਬੇ ਤਾਂ ਬਾਈ ਜੀ ਪਹਿਲਾਂ ਸੀਗੇ, ਹੁਣ ਹੈ ਨਹੀਂ, ਪਰ ਟੈਂਪਰੇਚਰ ਦਾ ਟੈਂਪਰੇਚਰ ਦਾ ਫਰਕ ਹੈ ਆਪਣੇ ਨਾਲੋਂ। ਠੀਕ ਹੈ ਜੀ, ਲਓ ਜੀ ਆਹ ਦਿਖਾਓ ਜੀ ਕਬੂਤਰ, ਹੁਣ ਇਹ ਕਿਹੜਾ ਜੀ? ਇਹ ਐਤਕੀ ਛੱਡਣਾ ਬਾਜੀ ਜਾਂ ਛੱਡਿਆ ਸੀ? ਛੱਡਣਾ। ਹਾਂਜੀ ਸਰ, ਬਾਈ ਜੀ ਝਗੜਾ ਕਰਦਰਬਾਰ ਜੀ ਆਇਆ ਤੁਹਾਡਾ ਵੀ, ਥੈਂਕ ਯੂ। ਬਾਈ ਜੀ ਗੱਲ ਦੱਸੋ ਵੀ ਰਾਜਨ ਦੇ ਜਿਹੜੇ ਕਬੂਤਰ ਸੀ, ਕੋਈ ਉਹਨਾਂ ਦੀ ਖਾਸ ਨਿਸ਼ਾਨੀ? ਮੈਂ ਗਿਆ ਇੰਟਰਵਿਊ ਕੀਤੀਆਂ ਕਰੀਬ ਹੁਣ ਜਿੰਨੀਆਂ ਕਿ ਪਿਛਲੇ ਦੋ ਮਹੀਨਿਆਂ 'ਚ ਆਪਾਂ ਇੰਟਰਵਿਊ ਕੀਤੀਆਂ, ਬਹੁਤ ਵੀਰਾਂ ਨੇ ਵਿਖਾਇਆ ਕਿ ਗਾਹਣ ਵਾਲੇ ਬਾਈ ਹਰੇਕ ਕੋਈ ਸਾਖੀ ਜਾਵੇ। ਕਬੂਤਰਾਂ ਦੀ ਖਰ ਠੀਕ ਸੀ, ਵਧੀਆ ਉਡਾਣਦੀ, ਕਬੂਤਰ ਘਰੇ ਵੀ ਵਧੀਆ ਉੱਡਦੇ ਸੀਗੇ ਜੀ, ਅਤੇ ਖੱਟੀਆਂ ਅੱਖਾਂ ਦੇ ਕੋਈ ਕੋਈ ਚੁੱਟ ਕੱਢਦੇ ਸੀਗੇ ਸਿਰ 'ਚ, ਜਿਵੇਂ ਆਹ ਕਬੂਤਰ ਹੈ ਜੀ, ਸਹੀ ਕੱਟਣ ਵਾਲੇ ਸਹੀ ਸੀਗੇ ਜੀ ਜੀ ਜੀ।
ਜਾਂ ਚਿੱਠੀਆਂ ਦਾ ਕੱਢ ਜਾਂਦੀ ਕੋਈ ਕੋਈ ਜੀ ਤੇ ਸ਼ਾਖ ਬਹੁਤ ਘੱਟ ਕੱਢਦੇ ਸੀਗੇ ਜਿਆਦਾ ਚੰਗੇ ਸੀ ਜ਼ੋਰ ਵੱਧ ਲਾਉਂਦੇ ਸੀ ਇਹ ਨਾ ਬਸ ਜਾਂਦੇ ਨੀ ਸੀਗੇ ਜ਼ੋਰ ਵੀ ਲਾਉਂਦੇ ਸੀਗੇ ਕਬੂਤਰ ਸੀ ਬਾਬੇ ਤੇਲੂ ਰਾਮ ਤੇਲੂ ਵੀ ਕਬੂਤਰੀ ਸੀ ਭੁੱਚੋ ਵਾਲਿਆਂ ਦਾ ਕਬੂਤਰ ਸੀ ਉਹ ਕਿਹੜੀਆਂ ਅੱਖਾਂ ਦਾ ਉਹ ਚਿੱਟੀਆਂ ਦਾ ਸੀ ਕਬੂਤਰ ਚਿੱਟਾ ਸੀ ਸਫੈਦ ਉਹ ਕਬੂਤਰ ਕਬੂਤਰੀ ਇਹਦੇ ਨਾਲ ਲਓ ਜੀ ਅੱਜ ਦੱਸੀਏ ਥੋੜ੍ਹਾ ਜਿਹਾ ਵੀਰਾਂ ਨੂੰ ਕਿ ਜਿਹੜੇ ਰਾਜਨ ਵਾਲੇ ਬਾਈ ਹੋਰਾਂ ਦਾ ਕਿਉਂਕਿ ਬਾਈ ਹੋਰਾਂ ਨੇ ਬਹੁਤ ਸਾਲ ਬਾਈ ਕੋਲੇ ਲਾਏ ਆ ਰਾਜਨ ਕੋਲੇ ਉਹਦੇ ਚੇਲੇ ਵੀ ਆ ਅਤੇ ਆਹ ਉਹਨਾਂ ਦੀ ਜਿਹੜੀ ਮੇਨ ਨਸਲ ਸੀਗੀ ਆਹ ਸੀਗੀ ਜੀ ਉਹਨਾਂ ਦੀ ਲਓ ਜੀ ਆ ਪਿਓਰ ਹੈ ਦਿਖਾਓ ਜੀ ਉਹਨੂੰ ਚੰਗੀ ਤਰ੍ਹਾਂ ਦਿਖਾਓ ਥੋੜਾ ਜਿਹਾ ਟਾਈਮ ਲਾ ਕੇ ਦਿਖਾਓ ਕਿਉਂਕਿ ਅੱਜ ਆਪਾਂ ਉਹਨਾਂ ਦੇ ਜਿਹੜੇ ਚੇਲੇ ਆ ਜੋ ਨਜ਼ਦੀਕੀ ਤੋਂ ਕਬੂਤਰਾਂ ਬਾਰੇ ਜਾਣਦੇ ਸੀ ਉਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਆ ਕਬੂਤਰੀ ਦਿਖਾਓ ਜੀ ਚੁੰਝ ਕਾਲੀ ਆਉਂਦੀ ਸੀ ਉਹਨਾਂ ਦੀ ਕਾਲੀ ਚੁੰਝ ਕਾਲੀ ਆਉਂਦੀ ਸੀਗੀ ਜੀ ਆ ਛੋਟੇ ਹੈ ਆਮ ਕਹਿ ਦਿੰਦੇ ਲੰਬੇ ਪਰਾਂ ਦੇ ਕਬੂਤਰ ਵੱਧ ਉੱਡਦੇ ਆ ਛੋਟਾ ਜਿਹੜਾ ਹੈਗਾ ਕੱਦ ਬਸ ਇੱਕ ਗਿੱਠ ਦੋ ਉਂਗਲਾਂ ਵੱਧ ਹੈ ਜੀ ਇੰਨੇ ਕੱਦ ਦੇ ਕਬੂਤਰ ਸੀ ਟੀਰੇ ਟੂਰੇ ਵੀ ਕੱਢਦੇ ਬਸ ਖੱਟੀਆਂ ਜਾਂ ਚਿੱਟੀਆਂ ਦੋ ਹੀ ਕੱਢਦੇ ਕੋਈ ਸੀਗੇ ਚਿੱਟੀ ਖੱਟੀਆਂ ਹੀ ਜ਼ਿਆਦਾ ਕੱਢਦੇ ਸੀ ਠੀਕ ਹੈ ਜੀ ਆਹ ਪੰਜੇ ਵੀ ਵਿਖਾਈਏ ਜੀ ਰਾਜਨ ਵਾਲੇ ਕਬੂਤਰਾਂ ਦੇ ਤਾਰ ਵਾਲੇ ਵੀਰਾਂ ਦਾ ਦੱਸਣਾ ਕਿ ਜਿਹੜੇ 5000 ਵਾਲੇ ਆ ਉਹ ਇਸ ਤਰ੍ਹਾਂ ਕੱਢਦੇ ਸੀ ਉਹ ਜ਼ਿਆਦਾ ਵੀ ਹੋ ਜਾਂਦੇ ਸੀਗੇ ਥੋੜੇ ਜ਼ਿਆਦਾ ਵੀ ਹੋ ਜਾਂਦੇ ਸੀ ਇਹ 5000 ਵਾਲੇ ਤੇ ਜਿਹੜੇ ਤੇਲੂ ਵੀ ਕਬੂਤਰੀ ਨਾਲ ਇਹਨਾਂ ਦੇ ਬੱਚੇ ਸ਼ਾਇਦ ਲਾਲ ਗਲੇ ਆ ਜਾਂਦੇ ਮਤਲਬ ਤੁਹਾਨੂੰ ਜਿਹੜੇ ਪਸੰਦ ਸੀ ਉਹ ਕਬੂਤਰ ਹੋ ਸੀ ਤਾਂ ਮੈਂ ਕਬੂਤਰ ਨੂੰ ਵੇਚਦਾ ਸੀ ਇਹ ਕਬੂਤਰ ਤਾਂ ਹੀ ਵੇਚਦਾ ਸੀ ਬਾਬੇ ਧੰਨੇ ਕਿਹਾ ਤੁਸੀਂ ਇਹ ਬਾਬੇ ਧੰਨੇ ਕਿਹਾ ਤੋਂ ਬਰੀਡ ਤਿਆਰ ਕੀਤੀ ਸੀ ਠੀਕ ਹੈ ਜੀ ਧੰਨੇ ਕਿਹਾ ਤੇ ਉਹ ਮਤਲਬ ਮਧੂਆਂ ਦਾ ਸੀਗਾ ਸ਼ਾਇਦ ਠੀਕ ਹੈ ਜੀ ਬਾਈ ਕਾਲਾ ਜੀ ਥੋੜਾ ਚਾਨਣਾ ਪਾਓ ਇਸ ਤਸਵੀਰ ਬਾਰੇ ਇਹ ਆਪਾਂ ਬਾਦਲਬਾਜੀ ਕੀਤੀ ਪਿੰਡ ਬਾਦਲਬਾਜੀ ਸਰਦਾਰ ਮੋਹਨ ਸਿੰਘ ਬਾਦਲ ਤੁਹਾਨੂੰ ਦੇ ਰਹੇ ਇਨਾਮ ਠੀਕ ਹੈ ਜੀ ਇਹ ਉਦੇ ਆਪਣਾ ਤੇ ਕਿਲੇ ਕਾਕੇ ਦਾ ਤੇ ਮੋਹਨ ਸਿੰਘ ਦਾ ਰਹਿ ਗਏ ਸੀ ਠੀਕ ਹੈ ਜੀ ਤੇ ਬਾਜੀ ਬਣ ਲਈ ਪਹਿਲਾਂ ਮੈਂ ਕਾਕੇ ਨੂੰ ਆਖਿਆ ਕਬੂਤਰ ਦਿਖਾ ਮੈਨੂੰ ਕਹਿੰਦਾ ਕੱਲ੍ਹ ਦਾ ਜਵਾਕ ਮੇਰਾ ਕਬੂਤਰ ਕੀ ਦੇਖਿਆ ਕਾਕੇ ਦਾ ਪੈਗ ਪੂਗ ਲੱਗਿਆ ਸੀਗਾ ਅੱਛਾ ਜੀ ਤੇ ਮਾ ਚੱਲ ਠੀਕ ਹੈ ਨਾ ਦਿਖਾਓ ਕਬੂਤਰ ਦੇਖ ਲਿਆ ਮਹਿੰਗਾ ਗਿਆ ਮੈਨੂੰ ਕਹਾਂ ਸਾਂਝੀ ਕਰ ਲਾ ਸਰਦਾਰ ਨਾਲ ਮਹਾਂ ਵੀ ਸਰਦਾਰ ਨਾਲ ਸਾਂਝੀ ਹੋ ਜੇ ਮੈਂ ਜਿੱਤ ਗਿਆ ਤਿੰਨ ਫਿਰਦੇ ਤਾਂ ਮੈਂ ਤੀਜਾ ਹਿੱਸਾ ਲੈ ਦਿਓ ਜੇ ਤੁਸੀਂ ਜਿੱਤ ਗਏ ਤਾਂ ਮੈਨੂੰ ਦੇ ਦਿਓ ਕਹਾਂ ਚੱਲ ਠੀਕ ਆ ਮੁੜ ਕੇ ਮਹਿੰਗੇ ਜਾ ਕੇ ਦੱਸਿਆ ਵੀ ਕਾਕੇ ਨਾਲ ਸਾਂਝੀ ਨੇ ਮੈਨੂੰ ਕਹਿੰਦਾ ਕੀ ਗੱਲ ਕਾਕੇ ਕਾਲੇ ਵੀ ਸਾਂਝੀ ਕਰਦਾ ਕਾਕੇ ਨਾਲ ਮੈਂ ਜੀ ਮੈਨੂੰ ਐਂ ਬੋਲਿਆ ਨਹੀਂ ਕਹਿੰਦੇ ਆਪਣੇ ਵਾਲੀ ਦਾ ਬੰਦਾ ਗਾ ਸਾਂਝੀ ਕਰ ਲਾ ਅਤੇ ਮੈਂ ਕਿਹਾ ਫਿਰ ਸਾਂਝੀ ਤਾਂ ਕਰ ਲੈਣਾ ਕੱਪ ਮਹਾ ਜਿਹੜਾ ਉੱਡੂਗਾ ਉਹ ਹੀ ਲੈ ਕੇ ਜਾਊਗਾ ਉਹ ਕਹਿੰਦਾ ਠੀਕ ਆ ਫਿਰ ਆਪਣੇ ਤਾਂ ਪੌਣਾ ਘੱਟ ਵੱਧ ਹੁੰਦੀ ਖਾਧੀ ਪੀਤੀ ਚ ਹੋ ਗਿਆ ਹੋਣਾ ਵੈਸੇ ਬਾਈ ਜੀ ਕਾਕਾ ਨਵਾਂ ਕਿਲਾ ਮੈਂ ਉਹਨਾਂ ਨੂੰ ਬਹੁਤ ਵਧੀਆ ਇਨਸਾਨ ਨਹੀਂ ਬੰਦਾ ਵਧੀਆ ਸਭ ਤੋਂ ਸ਼ਰੀਫ ਹਿਠਾੜ ਦੇ ਵਿੱਚ ਕੀ ਉਹਨਾਂ ਦੇ ਵਰਲਡ ਦੇ ਵਿੱਚ ਸਭ ਤੋਂ ਸ਼ਰੀਫ ਖਾਧੀ ਪੀਤੀ ਚ ਦੇਖੋ ਕੁਛ ਵੀ ਬੋਲ ਸਕਦਾ ਜੀ ਉਦੋਂ ਬੰਦਾ ਸ਼ੇਰ ਹੁੰਦਾ ਜੀ ਹਾਂ ਮਜ਼ਾਕ ਵੀ ਕਰ ਦਿੰਦਾ ਉਹ ਜਾਣਦਾ ਨਹੀਂ ਬਹੁਤ ਵਧੀਆ ਇੱਕ ਦੂਸਰੀ ਤਸਵੀਰ ਵੀ ਲੈ ਕੇ ਆਇਆ ਸੀ ਲਓ ਜੀ ਗਾਮੀ ਵਾਲਿਆ
ਅਲੇ ਖੜਾਰੀ ਆਣੀ ਨਹੀਂ ਆ ਰਹੀ ਵਾਹ ਐ ਜੀ ਮੋਰ ਅੱਛਾ ਅੱਛਾ ਆਇਆ ਜੀ ਮੋਰ ਵੇਖ ਲਓ ਪਹਿਲਾਂ ਪਾਉਂਦਾ ਨਾ ਪੂਰੀਆਂ ਵੇਖੋ ਤੁਸੀਂ ਜੱਗਾ ਵੀ ਮੇਰੇ ਇਸਲਾ ਰੈਸਟੋਰੈਂਟ ਹਾਂ ਜੀ ਉਹ ਕੱਪ ਤੇ ਭਾਈ ਆ ਗਾ ਮੇਰਾ ਹਾਂਜੀ ਹਾਂਜੀ ਇਹ ਬੰਸਾ ਗਾ ਠੀਕ ਹੈ ਜੀ ਬੰਸਾ ਬਹੁਤ ਛੋਟ ਕਾਫੀ ਪਿੱਚਰ ਦੀ ਹੈ ਇਹ ਹੈ ਗਾਮੀ ਵਾਲੇ ਦੇ ਬਾਈ ਨਾਲ ਪਟਾਉਂਦਾ ਹੁੰਦਾ ਸੀਗਾ ਜੀ ਰਾਣੀਆਂ ਜੀ ਇਹ ਬਾਈ ਦਾ ਮੇਰਾ ਮੁੰਡਾ ਬਣਾਇਆ ਜੀ ਜੀ ਇਹ ਰਹੀ ਆ ਮਾਮਾ ਜਗਿਆ ਸਮੁੰਦਰ ਜੀ ਆ ਮੋਰਾ ਆ ਬਾਈ ਜਗਿਆ ਜੀ 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 ਸਮੁੰਦਰ ਜਗੇ ਦੀ ਮੈਨੂੰ ਤਾਂ ਜੀ ਪਹਿਚਾਣ ਆ ਰਹੀ ਹੈ ਜਾਂ ਬਾਈ ਜੀ ਮਿੱਕੀ ਦੀ ਬਾਕੀ ਕੋਈ ਬੰਦਾ ਪਹਿਚਾਣ ਚ ਨਹੀਂ ਆ ਰਿਹਾ ਮੋੜ ਕੇ ਪਿੰਡ ਗਾਮੀ ਵਾਲੇ ਆ ਤੇ ਬੱਪੀਆਂ ਨੇ ਗਾਮੀ ਵਾਲਿਆਂ ਨਾਲ ਸਾਂਝੀ ਕਰੀ ਸੀਗੀ ਹਾਂਜੀ ਹਾਂਜੀ ਦੂਜੇ ਦਿਨ ਫਿਰ ਆਪਾਂ ਇੱਥੇ ਬਾਦਲ ਜਿੱਤੀ ਮੋੜ ਕੇ ਘਰੇ ਕੁਝ ਸਮਝ ਨਹੀਂ ਇੱਥੇ ਜਿੱਤੀ ਬਾਦਲ ਇਕੱਠੇ ਹੀ ਆਏ ਸੀਗੇ ਇਕੱਠੇ ਹੀ ਆਏ ਸੀਗੇ ਸਾਨੂੰ ਤਾਂ ਇਕੱਠੇ ਕੋਲੇ ਖੜਾ ਗਏ ਠੀਕ ਹੈ ਬਹੁਤ ਵਧੀਆ ਜੀ ਇਹੋ ਜਿਹੇ ਇਨਸਾਨਾਂ ਦੇ ਵਿੱਚ ਜਿਵੇਂ ਕਹਿੰਦੇ ਆ ਕਬੂਤਰਬਾਜ਼ੀ ਦੇ ਥੰਮ ਅਤੇ ਬਾਈ ਨੇ ਬਾਜ਼ੀਆਂ ਦਿੱਤੀਆਂ ਮੁਬਾਰਕਾਂ ਬਾਈ ਨੂੰ ਬਹੁਤ ਬਹੁਤ ਜੀ ਓਕੇ ਆ ਜੀ ਆਸ਼ੂ ਕਿਲਾ ਰਾਏਪੁਰ ਅਤੇ ਆ ਬਾਈ ਨੇ ਬੁਲਟ ਮੋਟਰਸਾਈਕਲ ਦੇ ਨਾਲ ਦੋਨੇ ਮੇਰੇ ਜਿਹੜੇ ਵੀਰ ਆ ਰਾਜਨ ਅਤੇ ਕਾਲਾ ਇਹਨਾਂ ਨੂੰ ਸਨਮਾਨਿਤ ਕੀਤਾ ਸੀ ਬਾਈ ਨੇ ਤੋਂ ਬਾਈ ਨੂੰ ਉਹਨਾਂ ਦਾ ਜਿਹੜਾ ਚੇਲਾ ਕਿਲਾ ਰਾਏਪੁਰ ਤੋਂ ਆਸ਼ੂ ਜੋ ਕਿ ਬਾਈ ਨੂੰ ਕਿਸੇ ਮਜਬੂਰੀ ਦੇ ਕਾਰਨ ਬਾਹਰ ਜਾਣਾ ਪੈ ਗਿਆ ਤੋਂ ਬਾਈ ਨੂੰ ਵੀ ਵਧਾਈਆਂ ਦਿੰਦੇ ਅਤੇ ਬਾਈ ਹੋਰਿਆਂ ਨੂੰ ਵੀ ਵਧਾਈਆਂ ਦਿੰਦੇ ਕਿ ਉਹਨਾਂ ਦਾ ਬਹੁਤ ਵਧੀਆ ਚੇਲਾ ਜੀ ਕੁਛ ਕਹਿਣਾ ਚਾਹੋਗੇ ਜੀ ਬਾਈ ਆਸ਼ੂ ਬਾਰੇ ਤੁਸੀਂ ਪਿਛਲੇ ਸਾਲ ਹੀ ਮੋਟਰਸਾਈਕਲ ਉਹ ਦੇਖ ਕੇ ਮੋਟਰਸਾਈਕਲ ਪਹਿਲੇ ਸਾਲ ਹੀ ਜਿੱਤ ਗਿਆ ਜੀ ਪਹਿਲੇ ਸਾਲ ਹੀ ਬੱਲੇ ਜੀ ਬੱਲੇ ਵਧਾਈਆਂ ਜੀ ਆਸ਼ੂ ਜੀ ਜਹਾਜ਼ 'ਚ ਬੈਠੇ ਜਾਂਦੇ ਹੋਵੋਗੇ ਵਧਾਈਆਂ ਤੁਹਾਨੂੰ ਬਹੁਤ 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 ਵਧੀਆ ਜੀ ਤੁਹਾਨੂੰ ਠੀਕ ਹੈ ਜੀ ਬਾਦਲ ਵੀ ਵਧੀਆ ਉੱਡਿਆ ਸੀ ਠੀਕ ਹੈ ਜੀ ਹਰ ਇੱਕ ਖਿਡਾਰੀ ਦੁਬਾਰ ਤੋਂ ਫਿਰ ਸਤਿ ਸ਼੍ਰੀ ਅਕਾਲ ਅੱਜ ਦੇ ਲਈ ਇੰਨਾ ਅੱਜ ਆਪਾਂ ਮਿਲੇ ਸੀ ਬਾਈ ਕਾਲਾ ਬਾਘਾ ਬਹੁਤ ਵਧੀਆ ਨਾਂ ਜੀ ਕਾਲਾ ਬਾਘਾ ਜੋ ਕਿ ਰਾਮਾ ਮੰਡੀ ਦੇ ਨੇੜੇ ਜ਼ਿਲ੍ਹਾ ਬਠਿੰਡਾ ਸੋ ਅੱਜ ਦੇ ਲਈ ਇੰਨਾ ਜੀ ਦੁਬਾਰਾ ਫਿਰ ਆਪਾਂ ਕਿਸੇ ਨਵੇਂ ਖਿਡਾਰੀ ਦੇ ਘਰੇ ਮਿਲਾਂਗੇ ਅਗਲੇ ਸ਼ਨੀਵਾਰ ਸੋ ਸਤਿ ਸ਼੍ਰੀ ਅਕਾਲ ਜੀ